ਜਸ ਕਲਮਾ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਂਸ ਅਗੇਨ ਵੀ ਆਰ ਸਿਟਿੰਗ ਟੂਗੈਦਰ ਐਂਡ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਰਦੇ ਹਾਂ। ਤੁਹਾਨੂੰ ਯਾਦ ਹੋਣਾ ਪਿਛਲੇ ਹਫ਼ਤੇ ਵੀ ਵਰ ਡੂਇੰਗ ਸਟ੍ਰੈਸ ਵਿਦ ਜਸਜੀਤ ਸੂਰੀ ਐਂਡ ਥੋੜ੍ਹੀ ਜਿਹੀ ਇੰਝ ਲੱਗਿਆ ਕਿ ਬਹੁਤ ਸਾਰੀਆਂ ਹੋਰ ਗੱਲਾਂ ਕਰਨੀਆਂ ਰਹਿ ਗਈਆਂ ਨੇ। ਸੋ ਕੰਟੀਨਿਊ ਕਰਾਂਗੇ ਉਹਨੂੰ ਐਂਡ ਆਈ ਐਮ ਅਗੇਨ ਵੈਰੀ ਥੈਂਕਫੁਲ ਟੂ ਜਸਜੀਤ ਸੂਰੀ ਹੂ ਇਜ਼ ਇਨ ਆਰ ਸਟੂਡੀਓ ਰਾਈਟ ਨਾਓ। ਸਤਿ ਸ਼੍ਰੀ ਅਕਾਲ ਜਸਜੀਤ, ਥੈਂਕ ਯੂ ਫੋਰ ਬੀਂਗ ਹੇਅਰ ਵਾਂਸ ਅਗੇਨ। ਥੈਂਕ ਯੂ ਫੋਰ ਹੈਵਿੰਗ ਮੀ ਹੇਅਰ ਜੀ, ਥੈਂਕ ਯੂ ਸੋ ਮਚ। ਨਹੀਂ, ਅਸੀਂ ਸਟ੍ਰੈਸ ਦੀਆਂ ਗੱਲਾਂ ਕਰ ਰਹੇ ਸੀ। ਆਈ ਨੋ ਕਿ ਸਟ੍ਰੈਸ ਵਰਡ ਜਿਹੜਾ ਨਾ ਇੰਨਾ ਜ਼ਿਆਦਾ ਯੂਜ਼ ਕਰਨ ਲੱਗ ਗਿਆ ਅਸੀਂ। ਈਵਨ ਬੱਚੇ, ਮੈਨੂੰ ਸਟ੍ਰੈਸ ਨਾ ਦਿਓ, ਮੈਂ ਸਟ੍ਰੈਸ ਜਾ, ਟੈਨਸ਼ਨ ਹੋ ਰਹੀ ਹੈ। ਆਈ ਮੀਨ, ਅਤੇ ਉਹਦੇ ਤੋਂ ਬਚਣਾ ਕਿਵੇਂ? ਅਸੀਂ ਉਹਦੀ ਗੱਲਾਂ ਕੀਤੀਆਂ ਸੀ, ਬਟ ਯੂ ਆਰ ਗਿਵਿੰਗ ਅ ਸਮ ਟੂਲਸ। ਹਾਂਜੀ ਜਸਜੀਤ, ਮੈਨੂੰ ਇਹ ਵੀ ਧਿਆਨ ਆਇਆ ਕਿ ਸਪੈਸ਼ਲੀ ਆਈ ਡੋਂਟ ਨੋ, ਇੰਡੀਅਨ ਲਾਈਫ ਜਿਸ ਤਰ੍ਹਾਂ ਦੌੜ ਭੱਜ, ਸਾਰਾ ਟ੍ਰੈਫਿਕ ਦਿਖ ਰਿਹਾ, ਟ੍ਰੈਫਿਕ 'ਚ ਫਸ ਜਾਣਾ, ਬਟ ਨਿਊਯਾਰਕ ਆਈ ਐਮ ਸ਼ੋਰ ਬਹੁਤ ਵਾਰੀ ਐਸਾ ਸਟ੍ਰੈਸ ਲੱਗਦਾ ਜਿਵੇਂ ਕਿ ਉਹ ਇਹ ਤਾਂ ਅਵੋਇਡ ਹੀ ਨਹੀਂ ਹੋ ਸਕਦਾ, ਬਿਕੋਜ਼ ਇੱਕ ਮੈਟਰੋ ਇਸ ਟਾਈਮ 'ਤੇ ਆਉਂਦੀ ਹੈ, ਉਹ ਪਕੜਨੀ ਹੈ। ਜੇ ਉਹ ਦੌੜ ਦੌੜ ਕੇ ਮਿਸ ਹੋ ਗਈ, ਦੈਨ ਯੂ ਆਰ ਲੇਟ, ਦੈਨ ਯੂ ਹੈਵ ਟੂ ਬੀ ਆਨਸਰੇਬਲ, ਫਿਰ ਉਹ ਜਿਹੜਾ ਬਾਇਓਸ ਉਹ ਲੱਗ ਗਏ ਅੱਜ ਕੱਲ੍ਹ ਫਿੰਗਰ ਪ੍ਰਿੰਟਸ, ਮਤਲਬ ਦ ਹੋਲ ਸਾਈਕਲ ਸੋ ਦ ਡੇਲੀ ਹਸਲ ਬਸਲ ਦਾ ਜਿਹੜਾ ਸਟ੍ਰੈਸ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਹੁਣ ਕਿ ਮੰਨਣ ਲੱਗ ਗਿਆ ਕਿ ਅਵੋਇਡ ਕਿਵੇਂ ਕਰਨਾ ਹੀ ਹੈ, ਅਸੀਂ ਯੂ ਨੋ ਕਰ ਹੀ ਨਹੀਂ ਸਕਦੇ ਇਸ ਨੂੰ ਅਵੋਇਡ। ਬਟ ਡੂ ਯੂ ਥਿੰਕ ਕਿ ਉਹ ਵੀ ਸਾਡੀ, ਮਤਲਬ ਇਟਸ ਨਾਟ ਗੁੱਡ ਫਾਰ ਅਸ? ਇਟ ਇਜ਼ ਨਾਟ ਐਟ ਆਲ ਗੁੱਡ ਫਾਰ ਅਸ। ਦੇਖੋ, ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਇਜ਼ ਨਾਟ ਗੁੱਡ ਫਾਰ ਅਸ। ਅਸੀਂ ਜਦ ਬੱਚੇ ਸੀਗੇ ਨਾ, ਵੈਨ ਵੀ ਵਰ ਨਾਈਸ ਸਮਾਲ ਬੱਚੇ ਸੀਗੇ, ਅਸੀਂ ਕੋਈ ਸਟ੍ਰੈਸ ਸੀਗਾ? ਅਸੀਂ ਜੋ ਦਿਲ ਕਰਦਾ ਉਹ ਕਰਦੇ ਸੀ। ਆਈ ਐਮ ਟਾਕਿੰਗ ਅਬਾਊਟ 4, 5, 6 ਇਅਰਸ। ਉਸ ਤੋਂ ਬਾਅਦ ਤਾਂ ਫਿਰ ਸਕੂਲ ਦਾ ਟੈਨਸ਼ਨ ਸ਼ੁਰੂ ਹੋ ਜਾਂਦਾ ਹੈ, ਐਗਜ਼ਾਮਸ ਦਾ ਟੈਨਸ਼ਨ ਸ਼ੁਰੂ ਹੋ ਜਾਂਦਾ ਹੈ, ਫਿਰ ਯੂ ਨੋ ਪੜ੍ਹਾਈ ਹੋ ਜਾਂਦਾ ਹੈ ਜਾਂ ਇੱਕ ਸਿਸਟਮ ਹੈ ਨਾ, ਅਸੀਂ ਐਸ ਪੇਰੈਂਟਸ ਰਾਈਟ, ਹਾਂਜੀ, ਇੱਥੇ ਇੰਨੇ ਮਨ ਨੰਬਰ ਲਿਆਣੇ ਲਿਆਣੇ ਹੈ, ਤੁਸੀਂ ਅੱਗੇ ਕਰ, ਹੁਣ ਮਿਹਨਤ ਕਰ ਲਓ, ਫਿਰ ਉਹ ਜਿਹੜਾ ਸਟ੍ਰੈਸ ਹੈ। ਹੁਣ ਤੁਸੀਂ ਇਫ ਯੂ ਸੀ ਦ ਐਨੀਮਲਸ, ਤੁਸੀਂ ਇੱਕ ਲਾਇਨ ਨੂੰ ਦੇਖੋ, ਉਹ ਇੱਕ ਸ਼ਿਕਾਰ ਨੂੰ ਮਾਰਦਾ, ਖਾਂਦਾ ਹੈ, ਪੇਟ ਭਰ ਜਾਂਦਾ ਹੈ, ਹੀ ਲੀਵਸ ਦ ਰੈਸਟ। ਉਹ ਨਹੀਂ ਸੋਚਦਾ ਮੈਨੂੰ ਕੱਲ ਕੀ ਮਿਲੇਗਾ, ਪਰਸੋਂ ਕੀ ਮਿਲੇਗਾ, ਐਂਡ ਦੈਨ ਫੋਰ ਦੋਸ 4-5 ਡੇਜ਼ ਜਦ ਤੱਕ ਉਸਦਾ ਪੇਟ ਭਰਿਆ ਹੋਇਆ ਨਾ, ਹੀ ਡਜ਼ਨਟ ਵਰੀ ਅਬਾਊਟ ਮੈਨੂੰ ਅਗਲਾ ਕਿੱਥੋਂ ਮਿਲਣਾ ਹੈ। ਬਟ ਵੀ ਪੀਪਲ ਆਰ ਆਲਵੇਜ਼, ਇੱਕ ਚੀਜ਼ ਖਤਮ ਹੁੰਦੀ ਹੈ, ਚੁੱਕ ਕੇ ਆਪਣਾ ਟਿਫਨ ਨਹੀਂ ਬਣਾਉਂਦਾ, ਉਹ ਟਿਫਨ ਨਹੀਂ ਬਣਾਉਂਦਾ। ਆਈ ਨੋ, ਅਸੀਂ ਤਾਂ ਮਾਰਦੇ ਹਾਂ, ਫ੍ਰਿਜ ਵਿੱਚ ਪਾਉਂਦੇ ਹਾਂ, ਫਿਰ ਅਗਲਾ ਮਾਰਦੇ ਹਾਂ, ਫ੍ਰਿਜ ਵਿੱਚ ਪਾਉਂਦੇ ਹਾਂ, ਅੱਧਾ ਸੜ ਕੇ ਖਰਾਬ ਹੋ ਜਾਂਦਾ, ਫਿਰ ਬਣਾਉਂਦੇ ਹਾਂ ਕਿ ਉਹ ਵੈਰੀ ਟ੍ਰੂ, ਫਿਰ ਫ੍ਰੀਜ਼ ਕਰਦੇ ਹਾਂ, ਕੱਲ ਨੂੰ ਲੋੜ ਪਏਗੀ। ਯੈਸ, ਬਿਕੋਜ਼ ਇਹ ਬਾਡੀ ਸਾਡੀ, ਇਹ ਯੂਨੀਵਰਸ ਸਾਡਾ ਬਣਿਆ ਹੀ ਨਹੀਂ ਹੈ ਫੋਰ ਟੇਕਿੰਗ ਸਟ੍ਰੈਸ ਫੋਰ ਨੋ ਰੀਜ਼ਨ, ਨਹੀਂ ਬਣਿਆ ਹੋਇਆ। ਓਕੇ, ਹੈ ਨਾ, ਇਸ ਨੂੰ ਜਿੱਤ ਦਾ ਮਤਲਬ ਅੰਡਰਸਟੈਂਡ ਦਿਸ ਵੈਲ ਨਾ, ਇੱਕ ਐਗਜ਼ਾਮਪਲ ਲੈਣੇ ਆ ਅਸੀਂ। ਓਕੇ, ਹੈ ਨਾ, ਦੋ ਸਿਟੀਜ਼ ਹੈ ਸਾਡੇ ਕੋਲ, ਦੋ ਸ਼ਹਿਰ ਨੇ ਸਾਡੇ ਕੋਲ, ਠੀਕ ਹੈ। ਇੱਕ ਸ਼ਹਿਰ ਦੀ ਗਵਰਨਮੈਂਟ ਬਹੁਤ ਅੱਛੀ ਹੈ, ਵੈਰੀ ਨਾਈਸ ਗਵਰਨਮੈਂਟ, ਬੜੀ ਉਹਨਾਂ ਨੇ ਨਾ ਰੋਡਾਂ ਬਣਾਈ ਹੋਈਆਂ ਨੇ, ਸਕੂਲਸ, ਕਾਲਜਿਸ, ਹੋਸਪਿਟਲਸ ਬੜੇ ਅੱਛੇ ਬਣੇ ਹੋਏ ਨੇ, ਸਾਰੇ ਰਿਸੋਰਸਿਸ ਆਪਣੇ ਸਿਟੀਜ਼ਨਸ ਨੂੰ ਦੇ ਰਹੇ ਨੇ। ਸੋ ਇਨਫਰਾਸਟ੍ਰਕਚਰ ਅੱਛਾ, ਇਨਫਰਾਸਟ੍ਰਕਚਰ ਇਜ਼ ਗੁੱਡ, ਰਿਸੋਰਸਿਸ ਆਰ ਗੁੱਡ, ਫੈਸਿਲਿਟੀਜ਼ ਆਰ ਗੁੱਡ। ਹੁਣ ਮੈਨੂੰ ਦੱਸੋ, ਹਾਊ ਵਿਲ ਦ ਸਿਟੀਜ਼ਨਸ ਬੀ? ਅੱਛੇ ਹੋਣਗੇ ਨਾ, ਹੈਲਦੀ ਹੋਣਗੇ, ਗਰੋਥ ਮੋਡ ਵਿੱਚ ਹੋਣਗੇ, ਦੇ ਵਿਲ ਵਾਂਟ ਟੂ ਡੂ ਮੋਰ। ਔਰ ਜਿੰਨਾ ਸਿਟੀਜ਼ਨ ਅੱਛਾ ਹੋਏਗਾ, ਸਿਟੀ ਉਨੀ ਹੀ ਔਰ ਅੱਛੀ ਹੋ ਜਾਏਗੀ। ਇਟਸ ਰਾਈਟ ਨਾ? ਓਕੇ, ਹੁਣ ਲੈਟ ਅਸ ਸੇ ਸਾਡੇ ਕੋਲ ਇੱਕ ਹੋਰ ਸਿਟੀ ਹੈ, ਉੱਥੇ ਗਵਰਨਮੈਂਟ ਇਜ਼ ਵੈਰੀ ਕਰਪਟ, ਸਾਰਾ ਕੁਝ, ਕੋਈ ਰਿਸੋਰਸ ਰਿਲੀਜ਼ ਹੀ ਨਹੀਂ ਹੋ ਰਹੀ, ਨਾ ਇਨਫਰਾਸਟ੍ਰਕਚਰ ਹੈ, ਨਾ ਫੈਸਿਲਿਟੀ ਹੈ, ਕੁਛ ਵੀ ਨਹੀਂ ਹੈ ਲੋਕਾਂ ਵਾਸਤੇ, ਉੱਥੇ ਦੇ ਸਿਟੀਜ਼ਨ ਕਿਸ ਤਰ੍ਹਾਂ ਦੇ ਹੋਣਗੇ? ਲੈਟ ਅਸ ਸੇ ਲਾਅ ਐਂਡ ਆਰਡਰ ਹੈ ਨਹੀਂ, ਕ੍ਰਾਈਮ ਰੇਟ ਵਧੀ ਜਾ ਰਿਹਾ। ਹੁਣ ਅੱਧੇ ਸਿਟੀਜ਼ਨ ਤਾਂ ਵੈਸੇ ਹੀ ਕ੍ਰਾਈਮ ਵਿੱਚ ਉਹਨਾਂ ਨੇ ਵੀ ਇੰਕਲੂਡ ਹੋ ਜਾਣਾ, ਡਰਦੇ ਰਹਿਣਾ, ਗਰੋਥ ਹੋਣੀ ਨਹੀਂ। ਵਿਲ ਦੈਟ ਸਿਟੀ ਡੂ ਵੈਲ? ਉਹ ਤਾਂ ਵੈਲ ਕਰ ਨਹੀਂ ਸਕਦੀ। ਵੇਅਰ ਯੂ ਟੇਕਿੰਗ ਦਿਸ? ਓਕੇ, ਵੇਅਰ ਯੂ ਆਰ ਟੇਕਿੰਗ ਦਿਸ? ਰਾਈਟ, ਬਿਕੋਜ਼ ਉਹ ਤਾਂ ਫਿਰ ਐਕਸਟਰਨਲ ਸਰਕਮਸਟੈਂਸਸ ਤੇ ਪਾਤਾ ਸੀ ਵੀ, ਅਗਰ ਮੈਂ ਗੁੱਡ ਸਿਟੀ ਚਾਂ ਤੇ ਮੈਂ ਸਟ੍ਰੈਸ ਨਹੀਂ ਆ, ਅਗਰ ਮੈਂ ਬੈਡ ਸਿਟੀ ਚਾਂ ਮੈਂ ਸਟ੍ਰੈਸ ਹੈ। ਉਹ ਤਾਂ ਆਪਣਾ ਕੰਟਰੋਲ ਤੱਕ ਗਿਆ ਹੈ ਨਾ, ਉਹ ਤਾਂ ਐਕਸਟਰਨਲ ਹੋ ਗਿਆ। ਹਾਂ, ਵੈਨ ਆਈ ਲੁੱਕ ਇਨ ਦ ਮਿਰਰ, ਜਦ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਦਾ ਨਾ ਜੀ, ਤੁਹਾਨੂੰ ਇੱਕ ਜਸਜੀਤ ਸੂਰੀ ਦਿਖਾਈ ਦੇ ਰਿਹਾ ਹੈ, ਵਨ ਪੀਸ ਜਸਜੀਤ ਸੂਰੀ, ਹੈ ਨਾ। ਬਟ ਐਕਚੁਅਲੀ ਸਾਡੀ ਬਾਡੀ ਛੋਟੇ ਛੋਟੇ ਸੈਲਸ ਦੀ ਬਣੀ ਹੋਈ ਹੈ, ਛੋਟੇ ਸੈਲਸ, ਲੱਖਾਂ ਕਰੋੜਾਂ ਸੈਲਸ ਇਸ ਮੇਕਿੰਗ ਅਪ ਦਿਸ ਬਾਡੀ। ਔਰ ਹਰ ਸੈਲ, ਹਰ ਸਿੰਗਲ ਸੈਲ ਆਲਮੋਸਟ ਉਹ ਸਾਰਾ ਕੁਝ ਕਰ ਸਕਦਾ ਹੈ ਜੋ ਮੈਂ ਕਰ ਸਕਦਾ। ਯੂ ਅਗਰੀ ਵਿਦ ਦਿਸ? ਮੈਨੂੰ ਫੂਡ ਚਾਹੀਦਾ, ਉਸ ਸੈਲ ਨੂੰ ਵੀ ਫੂਡ ਚਾਹੀਦਾ। ਮੈਨੂੰ ਰੈਸਪੀਰੇਸ਼ਨ ਚਾਹੀਦੀ ਹੈ, ਆਕਸੀਜਨ ਚਾਹੀਦਾ, ਉਸਨੂੰ ਵੀ ਆਕਸੀਜਨ ਚਾਹੀਦਾ।
खाना डाइजेस्ट करके मैं भी एक्सक्रीट करदा, वह भी करता है, मैं भी ग्रो करदा, मैं भी थ्रेट तो बचदा, वह भी करता है। दिस बॉडी जो सानू एक दिखती है ना एज अ ह्यूमन, इट इज एक्चुअली अ सिटी विथ लखां करोड़ां सेल्स नाल, और हर सैल एक इंडिविजुअल है ना। उस हर सैल नू तुसी किस तरह का इनवायरमेंट देंदे हो, वो सैल या तो ग्रोथ च रहिंदा है, या वो अपने आप नू बंद कर लैंदा है, या म्यूटेट होके वो मैलफंक्शन करना शुरू कर देंदा है। वो सिटी की गल कर रहा मैं। ओके एंड उस सिटी दा उसदी गवर्नेंस तुसी की कहंदे हो, किथे उसदी गवर्नेंस तुसी दसो किथों आंदी है। उसदी गवर्नेंस आंदी है साडे ब्रेन तो, साडे माइंड तो, साडे थॉट्स तो। व्हेन वी आर हैप्पी एंड एक्साइटेड, दिस ब्रेन इथों केमिकल्स रिलीज करता है, हार्मोन्स रिलीज करता है। दोज हार्मोन्स ब्लड दे थ्रू पूरी बॉडी विच, सर्कुलेटरी सिस्टम दे थ्रू हर सैल नू पहुंचते हैं। एंड जिस तरह का तुसी हारमोन तुहाडा ब्रेन रिलीज करेगा, उस तरह की सिटी तुहाडे हर सैल नू मिलेगी, और जिस तरह का इनवायरमेंट तुहाडे सैल नू मिलेगा उसी तरह का वह सैल बनेगा। अगर तुहाडा इनर इनवायरमेंट अच्छा है, सैल्स तुहाडे हैल्दी रहेंगे, ग्रोथ विच रहेंगे, दे विल डू वैल। अगर तुहाडा अंदर का इनवायरमेंट बुरा रहेगा, बैड केमिकल्स फ्लो करके सर्कुलेटरी सिस्टम तो पूरा फ्लो करेंगे, you are giving them a bad environment. Wo cells fir kis tarah grow kar sakde ne? They will go into protection. Simple words, chit changa hai, high spirits cho, chardi kala cho, you will respond very differently true. To any jada ke baro, you know, stimuli. Choice tuhadi hai. When I'm sitting here, aur eh meri city hai jithe main rehnda, main bahar da environment nahi change kar sakda. Main bahar di government nahi change kar sakda. Main usnu khali accept kar sakda. Right. But the inside environment, the responsibility khali meri hai, only mine. Pehle te sanu e gal samajhni badi zaruri hai. No, I totally agree with you, Bambi, ke you know, Jasjeet, that this is very important ke assi responsibility lahiye. Pehli cheez, jad tak assi aksar is baare gal karte hai, Jasjeet, ke jad tak assi kisi cheez te pai jate hai na, main stressed haan, eh ta hoye gai. मेरे बच्चे मैनू इंज कर रहे हैं, ए सिटी मैनू इंज कर रहा है, मेरी जॉब इस तरह दी है, मेरे सर्कमस्टेंसेस इस तरह है, तां तक असी नेक्स्ट स्टेप ग्रो कर ही नहीं सकते। देन वी आर एक्सेप्टिंग स्ट्रेस एज नॉर्मल, बट व्हेन वी स्टार्ट टेकिंग रिस्पांसिबिलिटी, दैट मींस वी एक्सेप्टिंग इट, अगो देखते हैं फिर आगे की करना है। लेट मी टेक अ शॉर्ट ब्रेक। वेलकम बैक, सारिआं दा फिर स्वागत है। गल हो रही है स्ट्रेस दी, और स्ट्रेस साडे ते की इंपैक्ट करदा है, किस तरह असर करदा है, और की वाकई असी उस स्ट्रेस नू टाइमली फैशन दे विच डील करना सीख सकदे हां, सो दैट इट डजंट इंपैक्ट नेगेटिवली, है ना, यही असी कोशिश कर रहे हैं। बिल्कुल। सो जसजीत, तो ही गल हो रही सी कि डे टू डे जिहड़ियां साडियां स्ट्रेसेस हैं उहनू असी करना की है, पहले ते Take responsibility, है ना? हाँ जी। And याद रखो, बाहर दा तुसी नहीं चेंज कर सकते, कोई गल नहीं। बाहर दा जिस तरह भी एनवायरनमेंट है, अंदर दा एनवायरनमेंट ता तुहाडी रिस्पांसिबिलिटी है ना? बाकी असी हमेशा मनते हैं कि वी रिफ्लेक्ट ना? वी रिफ्लेक्ट, सो बाहर दा आपे ठीक टिल विल टेक केयर ऑफ इट। हुन लेट मी गिव यू एन एग्जांपल। मेरे एक आंटी सीगे, उन्हां ना नीज दा बहुत प्रॉब्लम रहंदा सी। शी हैड लॉट ऑफ प्रॉब्लम इन द नीज। कार उन्हां दी कंडीशन अच्छी नहीं सी। There was always fighting, बड़ा कलेश पैंदा सी, वो फिर और डिस्टर्ब हो जांदे सी, जिसनू भी मिलदे सी, वो गल उसी दी करदे सी। This is how we are, है ना? And remember, किस तरह दा environment असी अंदर दित्ता है, you know, there is a feedback system. How you feel, तुसी की feel कर रहे हो, don't go on, तुसी की सोच रहे हो, ये देखो तुसी की feel कर रहे हो. Right, it's easier to catch your feelings. Because जो तुसी feel कर दे हो ना, बेसिकली ओही फ्लो चल रहा है अंदर अंदर। अगर तुसी एंगर फील कर रहे हो, एंगर चल रहा है अंदर। अगर तुसी सैडनेस फील कर रहे हो, सैडनेस दे इमोशन, यू नो, केमिकल्स चल रहे ने अंदर। इफ एक्साइटेड हैप्पी फील कर रहे हो, इट इज़ द सिटी ऑफ जॉय, ये तो कुछ भी ठीक कर सकता है। सैडनेस, एंगर, इट इज़ द सिटी ऑफ सोरो, कुछ ठीक होना है, बल्कि और माड़ा हाल हो जाना थोड़ा, है ना? तो आंटी मैनू कहंदी है, मेरे गोडे का बड़ा बुरा हाल है पुत्र, मैनू दस मैं की करा। मैं क्या, आंटी बहुत सिंपल जी गल है, ये स्टोरी मैं उन्होंने दसती, और मैं क्या, देखो आंटी चॉइस ताड़ी है, तुहानू बाहर वाले लोग ज़्यादा पसंद कि तुहाडा गोडा ज़्यादा पसंद, किस नाल तुहानू ज़्यादा प्यार है? तो उन्होंने कहा, भाई मैं तो अपने गोडे नाल। अगर तुहाडा गोडा और खराब हो गया,
ਤੁਹਾਨੂੰ ਲੱਗਦਾ ਹੈ ਲਾਈਫ ਵਿਲ ਬਿਕਮ ਬੈਟਰ? ਨਹੀਂ ਨਾ। ਫਿਰ ਇੱਕ ਕੰਮ ਕਰੋ ਤੁਸੀਂ, ਜਦ ਵੀ ਬਾਹਰ ਵਾਲਾ ਤੁਹਾਨੂੰ ਇਨਵਾਇਰਮੈਂਟ ਡਿਸਟਰਬ ਕਰਦਾ ਹੈ ਨਾ, ਜਦ ਵੀ ਘਰ ਵਿੱਚ ਕਲੇਸ਼ ਸ਼ੁਰੂ ਹੁੰਦਾ ਹੈ ਨਾ, ਆਸਕ ਯੋਰਸੈਲਫ, ਇਹ ਮੇਰੇ ਵਾਸਤੇ ਜ਼ਰੂਰੀ ਨੇ ਕਿ ਇਹ ਮੇਰਾ ਗੋਡਾ ਮੇਰੇ ਵਾਸਤੇ ਜ਼ਰੂਰੀ ਹੈ? ਪਿਆਰ ਨਾਲ ਆਪਣਾ ਹੱਥ ਗੋਡੇ 'ਤੇ ਰੱਖੋ ਔਰ ਕਹੋ ਭਾਈ ਤੂੰ ਮੇਰਾ ਜ਼ਿਆਦਾ ਕਲੋਜ਼ ਹੈ, ਹੈ ਨਾ, ਤੁਹਾਨੂੰ ਕੀ ਅੱਛਾ ਲੱਗਦਾ ਹੈ? ਆਂਟੀ ਕਹਿੰਦੀ ਮੈਨੂੰ ਪਾਠ ਕਰਨਾ ਬਹੁਤ ਪਸੰਦ ਹੈ। ਮੈਂ ਕਿਹਾ ਬਸ ਉਹ ਪਕੜ ਲਓ ਫਿਰ ਆਪਣਾ। ਅਤੇ ਜਿੰਨੀ ਵਾਰੀ ਤੁਹਾਨੂੰ ਸੈਡਨੈਸ ਫੀਲ ਹੁੰਦੀ ਹੈ ਬਾਹਰ ਕਰਕੇ, ਜਾਂ ਕਦੇ ਅੰਦਰੋਂ ਵੀ ਸੈਡਨੈਸ ਫੀਲ ਹੁੰਦੀ ਹੈ, ਦਿਲ ਕਰਦਾ ਮੈਂ ਡਿਸਕਸ ਕਰਾਂ ਆਪਣੇ ਪ੍ਰੋਬਲਮਸ, ਗੋਡੇ ਦੀ ਤਰਫ ਦੇਖੋ, ਉਹਨੂੰ ਪਿਆਰ ਨਾਲ ਪਿਆਰ ਕਰੋ, ਹੈ ਨਾ, ਬੋਲੋ ਆਪਣੇ ਆਪ ਨੂੰ ਇਹ ਨਹੀਂ ਜ਼ਰੂਰੀ, ਇਹ ਜ਼ਰੂਰੀ ਹੈ ਮੇਰੇ ਵਾਸਤੇ। ਐਂਡ ਫਿਰ ਤੁਸੀਂ ਆਪਣਾ ਪਾਠ ਸ਼ੁਰੂ ਕਰ ਦਿਓ। ਸੀ ਦ ਫਨ ਆਫ ਇਟ। ਤੁਸੀਂ ਦੇਖੋ ਕਿਸ ਤਰ੍ਹਾਂ ਤੁਸੀਂ, ਆਈ ਮੀਨ ਓਏ ਦ ਹੋਲ ਗੇਮ ਇਜ਼ ਕਿ ਇਟਸ ਈਜ਼ੀਅਰ ਸੈਡ ਦੈਨ ਡਨ। ਇਟਸ ਈਜ਼ੀਅਰ ਸੈਡ ਦੈਨ ਡਨ ਕਿਉਂਕਿ ਆਈਡੈਂਟੀਫਾਈ ਨਹੀਂ ਹੁੰਦਾ ਕਿ ਮੈਂ ਅਨੋਇਡ ਆ, ਮੈਂ ਸੈਡ ਆ ਬਿਕੋਜ਼ ਆਫ ਦ ਗੁੱਡ ਔਰ ਬਿਕੋਜ਼ ਆਫ ਦ ਪੀਪਲ, ਜਿਵੇਂ ਮੈਂ ਹਾਂ ਪੀਪਲ ਅਰਾਊਂਡ ਯੂ, ਬਟ ਇੱਥੇ ਤੁਸੀਂ, ਸੋ ਅਸੀਂ ਉਹ ਜਿਹੜਾ ਆਪਣੀ ਸੈਡਨੈਸ ਹੈ ਉੱਥੇ ਲਾਈ ਰਹੇ, ਸ਼ਾਇਦ ਮੈਂ ਬਿਕੋਜ਼ ਮੇਰਾ ਗੁੱਡ ਆ, ਸੋ ਅਸੀਂ ਗੋਡੇ ਦੇ ਉੱਤੇ ਕਹਿੰਦੇ ਆ ਨਾ ਰੱਖ ਕੇ ਬੰਦੂਕ ਚਲਾਈ ਜਾਂਦੇ। ਇਵਨ ਇਫ ਨਾਟ, ਹਾਂ ਇਹ ਵੀ ਹੁੰਦਾ ਹੈ ਕਦੇ ਕਦੇ, ਦਿਸ ਬਿਕਮਸ ਆਰ ਆਈਡੈਂਟੀਟੀ। ਕਦੇ ਕਦੇ ਅਗਰ ਗੋਡਾ ਠੀਕ ਹੋ ਜਾਏ ਨਾ, ਕੋਈ ਗੱਲ ਹੀ ਨਾ ਹੋਏ ਕਰਨ ਨੂੰ, ਬਟ ਦੈਟ ਇਜ਼ ਸੈਕਿੰਡ। ਹੁਣ ਤਾਂ ਮੈਂ ਤੁਹਾਨੂੰ ਸੈਲਫਿਸ਼ ਹੋਣਾ ਸਿਖਾ ਰਿਹਾ। ਬੀ ਸੈਲਫਿਸ਼, ਡਿਸਟਰਬ ਨਾ ਹੋ, ਸਟ੍ਰੈਸ ਨਾ ਲਓ, ਇਹ ਸੋਚ ਕੇ ਭਾਈ ਮੇਰੀ ਹੈਲਥ ਬੜੀ ਜ਼ਰੂਰੀ ਹੈ, ਮੈਨੂੰ ਆਪਣੀ ਹੈਲਥ ਪ੍ਰੋਪਰ ਚਾਹੀਦੀ ਹੈ, ਹੈ ਨਾ। ਸੋ ਦਿਸ ਇਜ਼ ਵਨ ਟੂਲ ਵਿਚ ਕੈਨ ਬੀ ਯੂਜ਼ਡ। ਬਟ ਪਤਾ ਪ੍ਰੋਬਲਮ ਕੀ ਹੈ ਸਾਡਾ? ਵੀ ਆਰ ਸੋ ਅਕਸਟਮ ਟੂ ਥਿੰਕਿੰਗ ਨੈਗੇਟਿਵਲੀ। ਜਦ ਕੋਈ ਵੀ ਚੀਜ਼ ਹੁੰਦੀ ਹੈ ਨਾ, ਅਸੀਂ ਪੋਜ਼ਿਟਿਵ ਨਾ ਸੋਚ ਕੇ ਨਾ ਨੈਗੇਟਿਵ ਸੋਚਦੇ ਹਾਂ। ਪਰ ਜਸਟ ਆਈ ਮਸਟ ਮੈਂਸ਼ਨ ਕਿ ਜਿਹੜੇ ਸਾਡੇ ਪ੍ਰੋਗਰਾਮ ਡਾਇਰੈਕਟਰ ਹਰਬੰਸ ਸਿੰਘ ਹੈਗੇ ਨੇ, ਹਾਂਜੀ, ਮੈਂ ਉਹਨਾਂ ਨੂੰ ਪੁੱਛ ਰਹੀ ਸੀ, ਮੈਂ ਕਿ ਮਤਲਬ ਇੰਨੀ ਮਿਹਨਤ ਕਰਦੇ ਨੇ, ਇੰਨੇ ਨੰਬਰ ਆਫ ਆਵਰਸ ਹੀ ਇਜ਼ ਹੇਅਰ, ਸੋ ਆਈ ਸੈਡ ਹਾਊ ਡੂ ਯੂ ਡੀਲ ਵਿਦ ਸਟ੍ਰੈਸ, ਜਿਹੜੇ ਯੂ ਨੋ ਡੇ ਟੂ ਡੇ ਸਟ੍ਰੈਸ ਹੈ। ਉਹ ਕਹਿੰਦੇ ਮੈਨੂੰ ਕਿਸੇ ਪਤਾ ਨਹੀਂ ਪੜ੍ਹਿਆ ਸੀ ਸੁਣਿਆ ਸੀ, ਪਰ ਮੈਂ ਫੋਲੋ ਕਰਦਾ ਹਾਂ ਕਿ ਜੇ ਤੁਹਾਡਾ ਸੌਂਗ ਤੁਸੀਂ ਲਾਉਂਦੇ ਹੋ ਤੇ ਅਗਰ ਉਹ ਨਹੀਂ ਪਸੰਦ ਤੇ ਸਵਿਚ ਕਰ ਦਿੰਦੇ ਹੋ ਦੂਸਰੇ ਸੌਂਗ ਨੂੰ। ਦੇਖੋ ਕਿੰਨੀ ਅੱਛੀ ਗੱਲ ਹੈ, ਯੂ ਕੀਪ ਲਿਸਨਿੰਗ ਟੂ ਅ ਸੌਂਗ ਯੂ ਡੋਨਟ ਲਾਈਕ। ਬਿਲਕੁਲ, ਸੋ ਅਗਰ ਤੁਹਾਡੀ ਬਾਡੀ ਕੋਈ ਜਾਂ ਮਾਈਂਡ, ਅਗਰ ਮਾਈਂਡ ਵਿੱਚ ਇੱਕ ਸੌਂਗ ਚੱਲ ਰਿਹਾ ਹੈ, ਸੈਡਨੈਸ ਚੱਲ ਰਹੀ ਹੈ, ਦੈਨ ਸਵਿਚ ਇਟ ਐਫਰਟਫੁਲੀ, ਜਸਟ ਸਵਿਚ ਇਟ। ਸੋ ਆਈ ਲਵਡ ਇਟ, ਬ੍ਰਿਲੀਅੰਟ, ਹਾਂ ਬਹੁਤ ਅੱਛੀ ਗੱਲ ਹੈ। ਸੋ ਇਟਸ ਵਰਕਿੰਗ ਫॉर ਹਿਮ, ਆਈ ਏਮ ਸ਼ੋਰ ਬੜੇ ਬੰਦਿਆਂ ਨੂੰ ਵੀ ਅਗਰ ਫੋਲੋ ਕਰੀਏ ਤੇ ਦਿਸ ਕੈਨ ਵਰਕ, ਇਟ ਵਿਲ ਵਰਕ, ਹੈ ਨਾ। ਆਲਦੋ ਮੈਂ ਚਾਹਾਂਗਾ ਕਿ ਸਾਡੇ ਵਿਊਅਰਸ, ਤੁਸੀਂ ਵੀ, ਮੈਂ ਵੀ, ਅਸੀਂ ਸਾਰੇ ਇੱਕ ਸਟੈਪ ਅੱਗੇ ਜਾਈਏ, ਠੀਕ ਹੈ। ਯੂ ਨੋ ਵਾਟ ਹੈਪਨਸ, ਇੱਕ ਹੁੰਦਾ ਹੈ ਮੈਂ ਕਿੱਥੇ ਸੁਣ ਕੇ ਆਇਆ ਸੀ ਕਿ ਮੈਂ ਗੰਦਾ ਸੋਚਾਂਗਾ ਨਾ ਮੇਰੀ ਬਾਡੀ ਖਰਾਬ ਹੁੰਦੀ ਹੈ, ਹੁਣ ਮੈਂ ਪੋਜ਼ਿਟਿਵ ਸੋਚਣਾ ਹੈ, ਪੋਜ਼ਿਟਿਵ ਸੋਚਣਾ ਹੈ। ਇੱਕ ਇਹ ਹੁੰਦਾ ਹੈ, ਦਿਸ ਇਜ਼ ਅਨ ਐਕਸ਼ਨ ਡਰਿਵਨ ਬਾਏ ਥਿੰਕਿੰਗ ਕੌਨਸ਼ੀਅਸ ਮਾਈਂਡ ਨਾਲ। ਇਹ ਤਦੇ ਹੋ ਸਕਦਾ ਹੈ ਅਗਰ ਮੈਂ ਪ੍ਰੈਜੈਂਟ ਮੂਮੈਂਟ ਵਿੱਚ ਹਾਂ, ਤੁਸੀਂ ਮੰਨਦੇ ਹੋ? ਇਫ ਆਈ ਐਮ ਇਨ ਦ ਪ੍ਰੈਜੈਂਟ ਮੂਮੈਂਟ ਫਿਰ ਹੋ ਸਕਦਾ ਹੈ, ਨਹੀਂ ਤਾਂ ਆਟੋ ਪਾਇਲਟ ਆਪੇ ਹੀ ਟੇਕ ਓਵਰ ਕਰ ਲੈਂਦਾ ਹੈ, ਦਿਮਾਗ ਆਪੇ ਹੀ ਆਪਣਾ ਚੱਲਦਾ ਰਹਿੰਦਾ। ਇਸ ਮੂਮੈਂਟ ਤੇ ਹੀ ਕੋਈ ਚੇਂਜ ਪੋਸੀਬਲ ਹੈ? ਨੋ, ਵੀ ਕੈਨੋਟ ਚੇਂਜ ਐਨੀਥਿੰਗ ਇਫ ਵੀ ਆਰ ਇਨ ਪਾਸਟ, ਯੈਸ, ਔਰ ਇਨ ਫਿਊਚਰ। ਬਿਲਕੁਲ, ਆਈ ਕੈਨੋਟ ਪਿਕ ਅਪ ਦਿਸ ਪੈਨ ਨਾ ਇਨ ਪਾਸਟ ਔਰ ਫਿਊਚਰ, ਯੂ ਹੈਵ ਟੂ ਡੂ ਇਟ ਰਾਈਟ ਨਾਓ ਐਟ ਦਿਸ ਮੂਮੈਂਟ, ਹੈ ਨਾ। ਉਹ ਤੇ ਯਾ ਇਟ ਇਜ਼, ਉਹ ਕਹਿੰਦੇ ਨਾ ਕਿ ਇੰਨਾ ਜਿੰਨਾ ਕਹੀਏ ਥੋੜਾ ਹੈ, ਥੋੜਾ ਹੈ। ਤੇ ਇੱਕ ਤਾਂ ਸਾਡੇ ਐਕਸ਼ਨ ਡਰਿਵਨ ਹੁੰਦੇ ਨੇ ਸਾਡੇ ਕੌਨਸ਼ੀਅਸ ਮਾਈਂਡ ਵਿੱਚ, ਪ੍ਰੈਜ਼ੈਂਟ ਹੋ ਤੇ ਤੁਸੀਂ ਕਰ ਸਕਦੇ ਹੋ, ਨਹੀਂ ਹੋ ਤੁਸੀਂ ਚੂਜ਼ ਨਹੀਂ ਕਰ ਸਕਦੇ। ਲੈਟ ਅਸ ਸੇ ਮੈਂ ਗੱਡੀ ਚਲਾਉਂਦਾ, ਮੈਂ ਨਈ ਨਈ ਗੱਡੀ ਚਲਾਉਣਾ ਸਿੱਖ ਰਿਹਾ। ਹੁਣ ਜਦ ਮੈਂ ਨਈ ਨਈ ਗੱਡੀ ਚਲਾਉਣਾ ਸਿੱਖ ਰਿਹਾ ਨਾ, ਮੈਂ ਟੋਟਲੀ ਪ੍ਰੈਜ਼ੈਂਟ 'ਚ ਹੁੰਦਾ, ਮੰਨਦੇ ਹੋ? ਬਿਕੋਜ਼ ਉਹ ਆ ਰਿਹਾ, ਗੇਅਰ ਚੇਂਜ ਕਰਨਾ, ਹਲੇ ਕਲੱਚ ਦਬਾਉਣਾ, ਉੱਥੇ ਕੀ ਹੋਇਆ, ਇਹ ਕੀ ਹੋਇਆ, ਯੂ ਆਰ ਇਨ ਦ ਪ੍ਰੈਜ਼ੈਂਟ ਮੂਮੈਂਟ। ਸੋ ਰਾਈਟ, ਬਟ ਵਾਟ ਹੈਪਨਸ ਆਫਟਰ 5 ਇਅਰਸ, 5 ਸਾਲ ਗੱਡੀ ਚਲਾਉਣ ਤੋਂ ਬਾਅਦ ਬਾਈ ਡਿਫਾਲਟ ਤੁਸੀਂ ਉੱਥੇ ਪਹੁੰਚ ਜਾਂਦੇ ਹੋ, ਤੁਹਾਨੂੰ ਯਾਦ ਵੀ ਨਹੀਂ ਰਹਿੰਦਾ, ਆਟੋਮੈਟਿਕ ਚਲਦੀ ਰਹਿੰਦੀ ਹੈ ਗੱਡੀ, ਤੁਸੀਂ ਆਪਣਾ ਸੋਚਦੇ ਰਹਿੰਦੇ ਹੋ, ਕੁਝ ਕੁਝ ਤੁਹਾਡਾ ਚੱਲਦਾ ਰਹਿੰਦਾ, ਗੱਡੀ ਤੁਹਾਡੀ ਚਲਦੀ ਰਹਿੰਦੀ ਹੈ, ਬਿਕੋਜ਼ ਇੱਕ ਹੈਬਿਟ ਬਣ ਗਈ ਹੈ ਗੱਡੀ ਚਲਾਉਣ ਦੀ, ਹੈ ਨਾ। ਤਾਂ ਇੱਕ ਤਾਂ ਹੋ ਗਿਆ ਮੈਂ ਪੋਜ਼ਿਟਿਵ ਸੋਚਣਾ ਹੈ, ਔਰ ਇਹ ਮੈਂ ਕਰ ਰਿਹਾ ਵਿਦ ਥੋਟ, ਬੜਾ ਮੁਸ਼ਕਿਲ ਹੈ ਕਿਉਂਕਿ ਮਾਈਂਡ ਮੋਸਟਲੀ ਤੁਹਾਡੇ ਕੰਟਰੋਲ ਵਿੱਚ ਰਹੇਗਾ ਨਹੀਂ, ਤੁਹਾਡੇ ਤੋਂ ਤੇ ਹੋਏਗਾ ਨਹੀਂ। ਇੱਕ ਹੁੰਦੀ ਹੈ ਐਕਸ਼ਨ ਇਮੋਸ਼ਨ ਨਾਲ ਕੰਟਰੋਲਡ। ਅੱਛਾ, ਇਮੋਸ਼ਨ ਮੀਨਸ ਐਕਸ਼ਨ ਦੇ ਨਾਲ, ਥੋਟ ਦੇ ਨਾਲ ਜਦ ਇੱਕ ਇਮੋਸ਼ਨ ਜੁੜ ਜਾਂਦੀ ਹੈ ਨਾ, ਜਿਸ ਤਰ੍ਹਾਂ ਲੈਟਸ ਸੇ ਉਹ ਮੇਰੀ ਆਂਟੀ ਸੀਗੀ, ਉਹ ਗੋਡੇ 'ਤੇ ਕਰਦੇ ਸੀ, ਪਾਠ ਕਰਨਾ ਸ਼ੁਰੂ ਕੀਤਾ, ਪਹਿਲੇ ਉਹਨਾਂ ਨੂੰ ਕੌਨਸ਼ੀਅਸਲੀ ਯਾਦ ਕਰਨਾ ਪੈਂਦਾ ਸੀ, ਹਾਏ ਮੈਂ ਗੋਡੇ ਨੂੰ ਦੇਣਾ, ਯੂ ਅੰਡਰਸਟੈਂਡ। ਬਟ ਜਦ ਉਹਨਾਂ ਨੂੰ ਮਜ਼ਾ ਆਉਣਾ ਸ਼ੁਰੂ ਹੋਇਆ ਨਾ, ਜਦ ਗੋਡਾ ਅੱਛਾ ਫੀਲ ਕਰਨ ਲੱਗਿਆ, ਜਦ ਉਹ ਜ਼ਿਆਦਾ ਨੈਗੇਟਿਵ ਨਹੀਂ ਸੋਚਦੇ ਸੀ, ਖੁਸ਼ ਫੀਲ ਕਰਦੇ ਸੀ, ਇੱਕ ਇਮੋਸ਼ਨ ਐਡ ਹੋ ਗਿਆ ਉਸ ਵਿੱਚ। ਔਰ ਜਦ ਇਮੋਸ਼ਨ ਐਡ ਹੁੰਦਾ ਨਾ, ਯੂ ਕੈਨ ਡੂ ਇਟ ਮੱਚ ਬੈਟਰ, ਤੁਸੀਂ ਮੋਰ ਆਫਨ ਕਰ ਸਕਦੇ ਹੋ ਚੀਜ਼।
ਔਰ ਅਗਰ ਤੁਸੀਂ ਇਹ ਚੀਜ਼ ਇੱਕ ਮਹੀਨੇ ਵਾਸਤੇ ਕਰਦੇ ਰਹੋ ਜਾਂ ਥੋੜੇ ਦਿਨਾਂ ਵਾਸਤੇ, ਇਟ ਬਿਕਮਸ ਅ ਮਸਲ ਮੈਮਰੀ, ਇਟ ਬਿਕਮਸ ਅ ਹੈਬਿਟ। ਹੁਣ ਮੈਨੂੰ ਜੋ ਲਾਸਟ ਟਾਈਮ ਆਂਟੀ ਮਿਲੀ, ਮੈਨੂੰ ਕਹਿੰਦੀ ਹੈ ਮੇਰਾ ਥੋੜ੍ਹਾ ਵੀ ਕੁਛ ਹਿਲਦਾ ਹੈ ਨਾ, ਆਪੇ ਹੀ ਹੱਥ ਇੱਥੇ ਚਲਾ ਜਾਂਦਾ। ਇਟ ਇਜ਼ ਬਿਕਮ ਅਨ ਆਟੋਮੈਟਿਕ ਰਿਸਪੋਂਸ। ਸਾਨੂੰ ਜੋ ਵੀ ਚਾਹੀਦਾ ਹੈ ਨਾ, ਅਗਰ ਅਸੀਂ ਉਸਨੂੰ ਹੈਬਿਟ ਬਣਾ ਲਈਏ ਨਾ, ਸ਼ੁਰੂ ਵਿੱਚ ਨਹੀਂ ਬਣਾ ਸਕਦੇ, ਸ਼ੁਰੂ ਵਿੱਚ ਤਾਂ ਤੁਸੀਂ ਕੌਨਸ਼ੀਅਸਲੀ ਕੋਸ਼ਿਸ਼ ਕਰੋਗੇ ਮੈਂ ਇਸ ਤਰ੍ਹਾਂ ਕਰਨਾ ਹੈ। ਵੀ ਅੰਡਰਸਟੈਂਡ ਕਿ ਪਹਿਲੇ ਤੁਹਾਨੂੰ ਐਫਰਟ ਕਰਨੀ ਪਏਗੀ, ਪਹਿਲੇ ਐਫਰਟ ਕਰਨੀ ਪਏਗੀ, ਐਂਡ ਦੈਨ ਤੁਸੀਂ ਸੋਚ ਵੀ ਨਹੀਂ ਸਕਦੇ। ਨਹੀਂ, ਇੱਕ ਸਾਡਾ ਜਿਹੜਾ ਨਾ ਐਟੀਟਿਊਡ ਵੀ ਬੜਾ ਇੰਪੋਰਟੈਂਟ ਹੈ ਜਸਜੀਤ, ਕਿ ਅਸੀਂ ਕਹਿੰਦੇ ਹਾਂ ਕਿ ਹੋਏਗਾ ਪਰ ਇੱਕ ਦਿਨ ਥੋੜੀ ਹੋ ਜਾਏਗਾ, ਐਂਡ ਅਸੀਂ ਉਸ ਨਾਲ ਅਸੀਂ ਚੱਲਦੇ ਹਾਂ ਸੋਚ ਕੇ ਕਿ ਕਦੀ ਹੋ ਜਾਏਗਾ, ਕਦੀ ਹੋ ਜਾਏਗਾ, ਇਨ ਫਿਊਚਰ ਹੋ ਜਾਏਗਾ। ਬਟ ਆਈ ਥਿੰਕ ਜਦੋਂ ਬਿਲੀਵ ਹੋਏ ਨਾ, ਆਈ ਐਮ ਡੂਇੰਗ ਇਟ, ਮੈਨੀ ਟਾਈਮਸ ਫੀਡਬੈਕ ਇਹੀ ਆਇਆ ਕਿ ਆਈ ਯੂਜ਼ ਟੂ ਥਿੰਕ ਲਾਈਕ ਦੈਟ, ਆਈ ਐਮ ਸਰਪ੍ਰਾਈਜ਼ ਕਿ ਹੁਣ ਮੈਂ ਕਿੰਨਾ ਬਦਲ ਗਿਆ, ਆਈ ਐਮ ਸਰਪ੍ਰਾਈਜ਼ ਕਿ ਮੈਂ ਉਂਝ ਵੀ ਸੋਚਦੀ ਸੀ, ਯੈਸ ਯੂ ਨੋ। ਸੋ ਯਾ, ਸੋ ਥੌਟ ਨਾਲ ਚਲਾਓ, ਥੌਟ ਨਾਲ ਇਮੋਸ਼ਨ ਜੁਆਇਨ ਕਰੋ, ਖੁਸ਼ੀ ਦਾ ਇਮੋਸ਼ਨ, ਤਾਂ ਕਿ ਤੁਹਾਡਾ ਦਿਲ ਓਵਰ ਕਰੇ ਕਰਨ ਦਾ, ਔਰ ਇੰਨੀ ਵਾਰੀ ਕਰਦੇ ਜਾਓ ਕਿ ਇਟ ਬਿਕਮਸ ਅ ਹੈਬਿਟ। ਇੱਕ ਵਾਰੀ ਹੈਬਿਟ ਬਣ ਗਈ ਨਾ ਸਾਡੀ, ਹੁਣ ਹੈਬਿਟ ਨੈਗੇਟਿਵ ਦੀ ਬਣੀ ਹੋਈ ਹੈ। ਬਹੁਤ ਵਧੀਆ, ਜੋਏ ਇਜ਼ ਦ ਕੀ, ਐਂਡ ਪਹਿਲੇ ਅਸੀਂ ਕੀਤਾ ਹੈ ਕਿ ਰਿਸਪੋਂਸਿਬਿਲਿਟੀ ਲੈਣੀ ਹੈ, ਐਂਡ ਦੈਨ ਆਪਣੀ ਇਮੋਸ਼ਨ ਨੂੰ ਸ਼ਿਫਟ ਕਰਨਾ ਹੈ ਟੂਵਰਡਸ ਜੋਏ ਐਂਡ ਹੈਪੀਨੈਸ। ਹੋਰ ਜਾਣਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਸਭ ਦਾ ਫਿਰ ਸਵਾਗਤ ਹੈ। ਡੂ ਨੋਟ ਗੋ ਐਨੀਵੇਅਰ, ਬਿਕੋਜ਼ ਅਸੀਂ ਬੜੀਆਂ ਸੋਹਣੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ ਜਸਜੀਤ ਸੂਰੀ ਜੀ ਨਾਲ। ਸੋ ਜਸਜੀਤ, ਵੀ ਵਰ ਟਾਕਿੰਗ ਅਬਾਊਟ ਕਿ ਜੋਏ ਐਂਡ ਹੈਪੀਨੈਸ ਇਜ਼ ਦ ਕੀ। ਬਿਲਕੁਲ। ਸੋ ਟੈਲ ਮੀ ਮੋਰ। ਪਹਿਲੇ ਜਦ ਕੀਜ਼ ਦੀ ਗੱਲ ਕੀਤੀ ਸੀ, ਇੱਕ ਕੀ ਅਸੀਂ ਯੂਜ਼ ਕੀਤੀ ਸੀ ਆਫ ਸਮਾਲ ਸਟੈਪਸ। ਹਾਂਜੀ, ਹੈ ਨਾ। ਲੈਟ ਅਸ ਸੇ ਮੈਨੂੰ ਵੇਟ ਲੂਜ਼ ਕਰਨਾ ਹੈ, ਮੇਰੀ ਬੜੀ ਇੱਛਾ ਹੈ ਜੀ, ਫਿਰ ਵੀ ਘਟਦਾ ਨਹੀਂ ਹੈ। ਅਗਰ ਮੈਂ ਇਹ ਸੋਚਦਾ ਰਹਾਂ ਮੈਂ ਵੇਟ ਕੱਟ ਕਰਨਾ ਹੈ, ਵੇਟ ਕੱਟ ਕਰਨਾ ਹੈ, ਮੈਂ ਨਾ ਪਹਿਲੇ ਦਿਨ ਤੋਂ ਦੌੜਨਾ ਸ਼ੁਰੂ ਕਰਦਾ, ਮੈਨੀ ਕਿਲੋਮੀਟਰ ਹੈ ਰਨ, ਖਾਣਾ ਛੱਡ ਦਿਆਂ, ਯੂ ਨੋ ਵਟ ਵਿਲ ਹੈਪਨ, ਚਾਰ ਪੰਜ ਦਿਨ ਤਾਂ ਮੈਂ ਕਰਾਂਗਾ, ਉਸ ਤੋਂ ਬਾਅਦ ਮੈਂ ਵੇਟ ਤੇ ਚੜਾਂਗਾ, ਉਸ ਤੇ ਮੈਨੂੰ ਕੋਈ ਡਿਫਰੈਂਸ ਨਹੀਂ ਦਿਖਾਈ ਦੇਗਾ, ਆਈ ਐਮ ਗੋਇੰਗ ਟੂ ਲੈਟ ਗੋ। ਇਸ ਕਰਕੇ ਅਸੀਂ ਹੈਬਿਟਸ ਦੀ ਗੱਲ ਕਰ ਰਹੇ ਸੀ। ਇਫ ਯੂ ਮੇਕ ਅ ਹੈਬਿਟ, ਉਹ ਤੁਹਾਡੇ ਨਾਲ ਲਾਈਫ ਲੌਂਗ ਚੱਲੇਗੀ। ਹੁਣ ਵੇਟ ਲੋਸ ਨੂੰ ਹੀ ਦੇਖ ਲਓ, ਅਗਰ ਇਫ ਆਈ ਡਿਸਾਈਡ ਅੱਜ ਤੋਂ ਮੈਂ ਛੋਟਾ ਜਿਹਾ, ਅੱਜ ਤੋਂ ਮੈਂ ਐਟਲੀਸਟ 10 ਮਿੰਟ ਸਾਈਕਲਿੰਗ ਕਰਾਂਗਾ। ਹੁਣ 10 ਮਿੰਟਸ ਤਾਂ ਕੋਈ ਵੀ ਕੱਢ ਸਕਦਾ ਦਿਨ ਵਿੱਚ, ਘੰਟਾ ਹੋਏ ਤਾਂ ਬੰਦਾ ਕਹਿੰਦਾ ਬਈ ਬੜਾ ਕੰਮ ਹੈ, ਟਾਈਮ ਨਹੀਂ ਹੈ। 10 ਮਿੰਟਸ ਤਾਂ ਕੋਈ ਵੀ ਕੱਢ ਸਕਦਾ ਹੈ, ਹੈ ਨਾ। 10 ਮਿੰਟਸ ਤਾਂ ਮੈਂ ਕਰਾਂਗਾ ਹੀ ਕਰਾਂਗਾ, ਚਾਹੇ ਉਹ 10 ਮਿੰਟਸ ਘੰਟਾ ਹੋ ਜਾਏ, ਨੋ ਪ੍ਰੋਬਲਮ। ਸੋ ਸਮਾਲ ਸਮਾਲ ਡੂਏਬਲ ਸਟੈਪਸ, ਯੈਸ ਡੂਏਬਲ, ਸੋ ਦੈਟ ਜਦੋਂ ਉਹਦਾ ਰਿਜ਼ਲਟ ਦਿਖਦਾ ਯੂ ਫੀਲ ਮੋਰ ਮੋਟੀਵੇਟਿਡ। ਰਾਈਟ। ਸੋ ਵਾਟ ਯੂ ਹੈਵ ਟੂ ਡੂ ਟੂ ਮੇਕ ਅ ਹੈਬਿਟ ਇਜ਼, ਇੱਕ ਚੀਜ਼ ਡਿਸਾਈਡ ਕਰ ਲਓ ਮੈਂ 10 ਮਿੰਟ ਸਾਈਕਲ ਕਰਾਂਗਾ, ਐਂਡ ਉਸ ਦੇ ਨਾਲ ਤੁਸੀਂ ਅਟੈਚ ਕਰੋ ਕਦ ਕਰਨਾ ਹੈ, ਕਿੰਨੀ ਕਰਨੀ ਹੈ, ਹੈ ਨਾ। ਇਸ ਤਰ੍ਹਾਂ ਇਟ ਵਰਕਸ ਬ੍ਰਿਲੀਅੰਟ। ਹੁਣ ਮੈਂ ਕੀ ਸੋਚਿਆ, ਖਾਲੀ ਵੇਗਲੀ ਨਾ ਕਰੋ, ਵੇਗਲੀ ਨਹੀਂ, ਡਿਸਾਈਡ ਮੈਂ ਇਹਨੇ ਵਜੇ ਇੱਥੋਂ ਆਵਾਂਗੇ ਤੇ ਯੂ ਨੋ ਦਿਸ ਇਜ਼ ਅ ਪਰਫੈਕਟ ਟਾਈਮ, ਆਈ ਸ਼ੁੱਡ ਡਿਵੋਟ ਦਿਸ। ਹੁਣ ਵਾਟ ਆਈ ਡੂ ਇਜ਼, ਸਵੇਰੇ ਮੈਂ ਉੱਠਦਾ, ਜਿੱਦਾਂ ਹੀ ਮੈਂ ਸ਼ੂਜ਼ ਪਾਉਂਦਾ ਨਾ, ਮੇਰੇ ਕੋਲ ਸਾਈਕਲ ਹੈ ਘਰ ਲੱਗੀ ਹੋਈ, ਆਈ ਹੈਵ ਡਿਸਾਈਡਿਡ ਕਿ ਜਿੱਦਾਂ ਹੀ ਮੇਰੀ ਸ਼ੂ ਦੀ ਲੇਸ ਬੰਨਦੀ ਹੈ ਮੈਨੂੰ 10 ਮਿੰਟ ਸਾਈਕਲ ਕਰਨਾ। ਇਟਸ ਅ ਵੈਰੀ ਸਮਾਲ ਥਿੰਗ, ਕੋਈ ਵੀ ਕਰ ਸਕਦਾ, ਅਟੈਚ ਇਟ ਟੂ ਸਮਥਿੰਗ, ਅਟੈਚ ਇਟ ਟੂ ਸਮਥਿੰਗ, ਐਂਡ ਵੈਨ ਯੂ ਡੂ ਇਟ ਫਾਰ ਫਿਊ ਡੇਸ, ਤੁਸੀਂ ਦੇਖਦੇ ਇਟ ਬਿਕਮਸ ਅ ਹੈਬਿਟ। ਉਹ ਫਿਰ 10 ਦਾ 20 ਹੁੰਦਾ ਹੈ, 20 ਦਾ 40 ਹੁੰਦਾ ਹੈ, ਫਿਰ ਇੱਕ ਘੰਟਾ ਹੋ ਜਾਂਦਾ, ਐਂਡ ਆਈ ਵਾਂਟਡ ਇਮੋਸ਼ਨ ਵਿਦ ਇਟ। ਤੇ ਮੈਂ ਕੀ ਕਰਦਾ, ਮੈਨੂੰ ਬਾਣੀ ਸੁਣਨੀ ਬੜੀ ਅੱਛੀ ਲੱਗਦੀ ਹੈ, ਮੈਂ ਆਪਣੇ ਆਪ ਨੂੰ ਕਹਿ ਦਿੱਤਾ ਹੈ ਵੈਨ ਆਈ ਐਮ ਔਨ ਦ ਸਾਈਕਲ ਤਦ ਮੈਂ ਬਾਣੀ ਸੁਣਾਂਗਾ। ਹੁਣ ਮੈਨੂੰ ਐਕਸਾਈਟਮੈਂਟ, ਹਾਏ ਕਬ ਹੋਏਗਾ ਟਾਈਮ ਸਾਈਕਲ ਤੇ ਬੈਠਣ ਦਾ, ਮੈਂ ਨਾ ਬਾਣੀ ਸੁਣਨੀ ਹੈ ਵਾਪਸ। ਯੂ ਸੀ, ਸੋ ਵੈਨ ਯੂ ਸਟਾਰਟ ਮੇਕਿੰਗ ਸਮਾਲ ਗੋਲਸ, ਬਿਕੋਜ਼ ਸਾਨੂੰ ਹੈਬਿਟ ਬਣਾਉਣੀ ਜ਼ਰੂਰੀ ਹੈ। ਦੇਖੋ, ਜਦ ਤੱਕ ਮਾਇੰਡ ਪ੍ਰੈਜੈਂਟ ਵਿੱਚ ਹੈ ਤੁਸੀਂ ਬਦਲ ਸਕਦੇ ਹੋ, ਨਹੀਂ ਤਾਂ ਆਟੋ ਪਾਇਲਟ ਟੇਕ ਓਵਰ ਕਰ ਲੇਗਾ, ਹੈ ਨਾ। ਯੂ ਹੈਵ ਟੂ ਚੇਂਜ ਯੋਰ ਹੈਬਿਟਸ। ਵੱਡਾ ਚੇਂਜ ਸਾਡੇ ਤੋਂ ਹੁੰਦਾ ਨਹੀਂ, ਛੋਟੇ ਚੇਂਜ ਨਾਲ ਸ਼ੁਰੂ ਕਰੋ। ਸਮਾਲ ਥਿੰਗ, ਪੜ੍ਹਨਾ ਹੈ ਛੋਟੇ ਚੇਂਜ ਨਾਲ, ਤੁਸੀਂ ਵੇਟ ਲੂਜ਼ ਕਰਨਾ ਹੈ ਛੋਟੇ ਚੇਂਜ ਨਾਲ, ਬਿਜ਼ਨਸ ਵਧਾਉਣਾ ਹੈ ਛੋਟੇ ਚੇਂਜ ਨਾਲ, ਬਟ ਸਪੈਸੀਫਾਈਡ ਇੰਨੇ ਵਜੇ ਇਹ ਮੈਂ ਕਰਨਾ ਹੀ ਹੈ। ਡਿਸਿਪਲਿਨ ਇਜ਼ ਰਿਕੁਆਇਰਡ, ਡਿਸਿਪਲਿਨ ਇਜ਼ ਰਿਕੁਆਇਰਡ, ਹੈ ਨਾ। ਦਿਸ ਇਜ਼ ਹਾਊ ਇਹ ਕੀ ਤੁਹਾਡੀ ਨਿਊ ਹੈਬਿਟਸ ਵਾਸਤੇ ਤੁਹਾਨੂੰ ਹੈਲਪ ਕਰੇਗੀ। ਐਂਡ ਇੱਕ ਵਾਰੀ ਨਿਊ ਹੈਬਿਟਸ ਬਣਦੀ ਹੈ ਨਾ ਆਟੋ ਪਾਇਲਟ ਵਿੱਚ, ਤੁਹਾਡਾ ਸਟ੍ਰੈਸ ਆਪੇ ਕੱਢਦਾ ਜਾਂਦਾ। ਯੂ ਹੈਵ ਟੇਕਨ ਐਕਸ਼ਨ, ਹੈ ਨਾ। ਇੱਕ ਤਾਂ ਇਹ ਹੋ ਗਿਆ, ਠੀਕ ਹੈ। ਹੁਣ ਲੈਟ ਅਸ ਅੰਡਰਸਟੈਂਡ ਹੈਪੀਨੈਸ, ਵਾਟ ਆਰ ਵੀ ਆਲ ਲੁਕਿੰਗ ਫੋਰ। ਬੰਦਾ ਅਮੀਰ ਹੋਏ, ਗਰੀਬ ਹੋਏ, ਅਮਰੀਕਾ 'ਚ ਰਹਿੰਦਾ ਹੋਏ, ਇੰਡੀਆ 'ਚ ਰਹਿੰਦਾ ਹੋਏ, ਜਿੱਥੇ ਮਰਜ਼ੀ ਰਹਿੰਦਾ ਹੋਏ, ਵਾਟ ਆਰ ਵੀ ਆਲ ਲੁਕਿੰਗ ਫੋਰ, ਭਾਲਦਾ ਕੀ ਹੈ? ਰਾਈਟ, ਵੀ ਆਰ ਆਲ ਲੁਕਿੰਗ ਫੋਰ ਹੈਪੀਨੈਸ, ਵੀ ਆਰ ਆਲ ਲੁਕਿੰਗ ਫੋਰ ਪੀਸ। ਇਹ ਸਾਡੀ ਸਭ ਤੋਂ ਵੱਡੀ ਚੀਜ਼ ਹੈ, ਹੈ ਨਾ। ਓਕੇ, ਇਫ ਯੂ ਸੇ, ਵਾਟ ਡੂ ਯੂ ਅੰਡਰਸਟੈਂਡ ਬਾਈ ਹੈਪੀਨੈਸ, ਵਾਟ ਇਫ ਯੂ ਸੇ ਸੋ, ਉਹ ਚਲੋ ਫਿਰ ਤੁਸੀਂ ਕੀ ਢੂੰਡ ਰਹੇ ਹੋ ਲਾਈਫ ਵਿੱਚ, ਦੱਸੋ।
ਤੁਸੀਂ ਜੋ ਵੀ ਟੁੰਡ ਰਹੇ ਹੋ ਉਹ ਹੈਪੀਨੈਸ ਦੈਟ ਇਜ਼ ਫॉर ਅਨਦਰ ਸ਼ੋਅ ਮੇ ਬੀ ਕਿ ਮੈਂ ਕੀ ਲੱਭ ਰਹੀ ਹਾਂ ਤੇ ਮੈਨੂੰ ਇਹ ਦੱਸੋ ਵਾਟ ਡੂ ਯੂ ਥਿੰਕ ਹੈਪੀਨੈਸ ਇਜ਼ ਔਰ ਚਲੋ ਮੈਂ ਹੀ ਦੱਸਦਾ ਵਾਟ ਆਈ ਥਿੰਕ ਹਾਂ ਨਹੀਂ ਇੱਕ ਆਈ ਮੀਨ ਵਾਟ ਆਈ ਥਿੰਕ ਵੁੱਡ ਬੀ ਅ ਵੇ ਫॉर ਅਨਦਰ ਸ਼ੋਅ ਬਟ ਹੈਪੀਨੈਸ ਇਜ਼ ਆਫਨ ਮਿਸਟੇਕਨ ਫॉर ਐਕਸਾਈਟਮੈਂਟ ਫॉर ਮੀ ਜੋਏ ਇਜ਼ ਦ ਵਰਡ ਕਿ ਅੰਦਰੋਂ ਖੇੜਾ ਜਾ ਰਹੇ ਕੋਈ ਪਰਵਾਹ ਨਹੀਂ ਕਿ ਮੈਨੂੰ ਹੁਣੇ ਮਿਲਿਆ ਜਾਂ ਕੋਈ ਚੀਜ਼ ਖੁਸ ਗਈ ਹੈ ਜਾਂ ਕੋਈ ਆ ਗਈ ਹੈ ਜਾਂ ਕੋਈ ਇਵੈਂਟ ਹੈਗਾ ਜਾਂ ਕੋਈ ਡੇ ਹੈਗਾ ਤੇ ਤੁਹਾਨੂੰ ਉਹ ਖੇੜਾ ਹੈ ਪਰ ਇੱਕ ਜਨਰਲ ਖੇੜਾ ਜਿਹੜਾ ਹੁੰਦਾ ਨਾ ਮਨ ਸਵੇਰੇ ਉੱਠਦੇ ਹੋ ਤੇ ਯੂ ਲੁੱਕ ਫੋਰਵਰਡ ਟੂ ਦ ਡੇ ਵੈਰੀ ਨਾਈਸ ਯੂ ਨੋ ਫੋਰ ਅ ਕੱਪ ਆਫ ਕਾਫੀ ਔਰ ਟੀ ਜੇ ਕਿ ਹਾਂ ਬਸ ਮੈਂ ਬੈਠ ਕੇ ਹੁਣ ਚਾਹ ਪੀਣੀ ਹੈ ਉਹਦੇ 'ਚ ਇੱਕ ਜਿਹੜੀ ਵੈਰੀ ਟਰੂ ਦੈਟਸ ਜੋਏ ਫੋਰ ਮੀ ਰਾਈਟ ਨਾਓ ਦੈਟ ਇਜ਼ ਵੈਰੀ ਟਰੂ ਲੈਟ ਮੀ ਰੀਵਰਡ ਇਟ ਜੋ ਤੁਸੀਂ ਕਿਹਾ ਮੈਂ ਉਸੇ ਨੂੰ ਰੀਵਰਡ ਕਰਦਾ ਇਨ ਅ ਲਾਰਜਰ ਸਕੇਲ ਆਫ ਥਿੰਗਸ ਬਾਹਰ ਇੱਕ ਦੁਨੀਆ ਚੱਲ ਰਹੀ ਹੈ ਇਹ ਰਿਐਲਿਟੀ ਹੈ ਸਾਡੇ ਦਿਮਾਗ ਵਿੱਚ ਇੱਕ ਦੁਨੀਆ ਚੱਲ ਰਹੀ ਹੈ ਜੋ ਸਾਡੀ ਐਕਸਪੈਕਟੇਸ਼ਨ ਹੈ ਜੋ ਸਾਡੇ ਡਿਜ਼ਾਇਰਸ ਨੇ ਸਾਡੀ ਕਰੇਵਿੰਗਸ ਨੇ ਹੈ ਨਾ ਜਦ ਇਹ ਦਿਮਾਗ ਵਾਲੀ ਦੁਨੀਆ ਰੀਅਲ ਦੁਨੀਆ ਨੂੰ ਮੈਚ ਕਰ ਜਾਂਦੀ ਹੈ ਨਾ ਵੀ ਆਰ ਹੈਪੀ ਵੀ ਆਰ ਐਟ ਪੀਸ ਜਦ ਸਾਡੇ ਅੰਦਰ ਦਿਮਾਗ ਦੇ ਜੋ ਐਕਸਪੈਕਟੇਸ਼ਨਸ ਜੋ ਡਿਜ਼ਾਇਰਸ ਚੱਲ ਰਹੇ ਨੇ ਨਾ ਜਦ ਉਹ ਬਾਹਰ ਵਾਲੀ ਰੀਅਲ ਦੁਨੀਆ ਨੂੰ ਮੈਚ ਨਹੀਂ ਕਰਦੇ ਨਾ ਦੈਟ ਇਜ਼ ਟਾਈਮ ਵੈਨ ਵੀ ਸਫਰ ਦੈਨ ਵੀ ਆਰ ਸੈਡ ਜਿਸ ਤਰ੍ਹਾਂ ਮੈਂ ਚਾਹੁੰਦਾ ਮੇਰੇ ਬੱਚੇ ਇਹ ਕਰਨ ਅਗਰ ਉਹ ਕਰਦੇ ਨੇ ਆਈ ਐਮ ਵੈਰੀ ਹੈਪੀ ਅਗਰ ਨਹੀਂ ਕਰਦੇ ਆਈ ਐਮ ਸੈਡ ਮੈਂ ਚਾਹੁੰਦਾ ਇਫ ਆਈ ਐਮ ਯੂ ਨੋ ਕੀ ਕਹਿੰਦੇ ਆਪਣਾ ਆਈ ਐਮ ਹੈਲਦੀ ਐਂਡ ਫਿਟ ਐਂਡ ਫਾਈਨ ਇਫ ਆਈ ਐਮ ਯੂ ਲੁੱਕ ਲਾਈਕ ਸ਼ਾਹਰੁਖ ਖਾਨ that I look like anyway te hai na then I am happy and when a cheez nahi hundi na puri jab koi mainu kuch bol janda hai aur main kade expect nahi kita si ki oh mainu is tarah bolega then I become sad acha if I was expecting a big profit so in my business so this is generally what we do this is a mota thing I'm talking about a very wide topic because it's a big topic theek hai hai na ye tusi mante ho okay but what does the different religions tell us how do they tell us to be happy you know it is brilliant mainu jo chahida hai agar bahar ohi ho reha hai main khush mainu jo chahida hai agar bahar oh nahi ho reha mere dislike te hisab nal ho reha hai then I am not happy okay hai na kade I am happy kade I am not happy jis tarah sade guru sahab kehnde ne guru nanak dev ji vi kehnde ne ki jo bahar ho reha hai agar usnu tusi fully accept kar sakde ho fir dukh waste jagah hi koi nahi hai ਕਿਉਂਕਿ ਜੋ ਬਾਹਰ ਹੋ ਰਿਹਾ ਹੈ ਉਹ ਰਿਐਲਿਟੀ ਹੈ ਜੋ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਉਹ ਰਿਐਲਿਟੀ ਨਹੀਂ ਹੈ ਉਹ ਤੁਹਾਡੀ ਸਟੋਰੀ ਹੈ ਦੈਟ ਇਜ਼ ਹਾਊ ਯੂ ਸੀ ਦ ਵਰਲਡ ਹਾਊ ਯੂ ਵਾਂਟ ਦ ਵਰਲਡ ਬਟ ਜੋ ਬਾਹਰ ਹੋ ਰਿਹਾ ਹੈ ਉਹ ਤਾਂ ਰਿਐਲਿਟੀ ਹੈ ਹੈ ਨਾ ਅਗਰ ਤੁਸੀਂ ਉਸਨੂੰ ਐਕਸੈਪਟ ਕਰ ਸਕਦੇ ਹੋ ਵਿਦ ਓਪਨ ਹੈਂਡਸ ਫਿਰ ਦੁੱਖ ਕਿਦੋਂ ਦੁੱਖ ਆਏਗਾ ਹੀ ਨਹੀਂ ਤੁਹਾਨੂੰ ਯੂ ਸੀ ਬਿਕੋਜ਼ ਸੀ ਹਾਊ ਇਟ ਹੈਜ਼ ਬੀਨ ਸੋ ਮਤਲਬ ਤੁਸੀਂ ਹੁਕਮ ਤੇ ਆ ਰਹੇ ਹੋ ਇਨ ਅ ਵੇ ਕਿ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਆ ਅਸੀਂ ਜਾ ਹੁਕਮ ਮੰਨ ਲਈਏ ਤੇ ਸ਼ਾਇਦ ਸਭ ਕੁਝ ਖਤਮ ਬਿਲਕੁਲ ਸਫਰਿੰਗ ਵਿਲ ਬੀ ਓਵਰ ਔਰ ਇਵਨ ਬੈਟਰ ਦੈਨ ਦੈਟ ਓਕੇ ਪਹਿਲੀ ਬਾਣੀ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਵਿੱਚੋਂ ਪਹਿਲੀ ਪੌੜੀ ਦਾ ਫਰਸਟ ਸਟੈਪ ਕੁਐਸਚਨ ਪੁੱਛਦੇ ਨੇ ਗੁਰੂ ਸਾਹਿਬ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹਾਊ ਸ਼ੁਡ ਆਈ ਬਿਕਮ ਟਰੂ ਹਾਊ ਸ਼ੁਡ ਆਈ ਗੈਟ ਰਿਡ ਆਫ ਆਲ ਦੀਜ਼ ਇਲਿਊਜ਼ਨ ਜੋ ਮੇਰੇ ਦਿਮਾਗ ਵਿੱਚ ਨੇ ਐਂਡ ਗੁਰੂ ਸਾਹਿਬ ਆਨਸਰ ਕਰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਦੀ ਰਜ਼ਾ ਵਿੱਚ ਚੱਲਣਾ ਉਸਦੇ ਹੁਕਮ ਦੀ ਰਜ਼ਾ ਵਿੱਚ ਹੁਕਮ ਹੁੰਦਾ ਹੈ ਰਿਐਲਿਟੀ ਜੋ ਹੋ ਰਿਹਾ ਹੈ ਜੋ ਰਿਐਲਿਟੀ ਵਿੱਚ ਹੋ ਰਿਹਾ ਤੁਹਾਡੇ ਦਿਮਾਗ ਵਿੱਚ ਨਹੀਂ ਜੋ ਰਿਐਲਿਟੀ 'ਚ ਹੋ ਰਿਹਾ ਉਹਦਾ ਹੁਕਮ ਓਕੇ ਉਸਦੀ ਰਜ਼ਾ ਵਿੱਚ ਚੱਲਣਾ ਉਸਦੇ ਐਕਸੈਪਟੈਂਸ ਵਿੱਚ ਚੱਲਣਾ ਹੈ ਨਾ ਦੈਟ ਇਜ਼ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਵੀ ਡੂ ਨਾਟ ਗੋ ਐਨੀਵੇਅਰ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਜਸਜੀਤ ਸੂਰੀ ਜੀ ਨਾਲ ਐਂਡ ਗੱਲ ਹੋ ਰਹੀ ਹੈ ਅਸੀਂ ਪਹੁੰਚੇ ਹਾਂ ਸਟ੍ਰੈਸ ਤੋਂ ਚੱਲਦੇ ਚੱਲਦੇ ਅਸੀਂ ਸਮਝ ਰਹੇ ਹਾਂ ਕਿ ਹਾਂ ਐਕਸੈਪਟੈਂਸ ਐਂਡ ਐਕਸੈਪਟੈਂਸ ਅਸੀਂ ਕੀਤੀ ਹੈ ਅਸੀਂ ਜਦ ਕੀਜ਼ ਕਰ ਰਹੇ ਸੀ ਹੈ ਨਾ ਜਦ ਅਸੀਂ ਪੰਜ ਕੀਜ਼ ਕੀਤੀ ਸੀ ਆਈ ਹੈਡ ਟੋਲਡ ਯੂ ਇੱਕ ਸਾਡੀ ਗੋਲਡਨ ਕੀ ਹੈ ਉਹ ਗੋਲਡਨ ਕੀ ਹੈ ਐਕਸੈਪਟੈਂਸ ਦੀ ਓਕੇ ਹੈ ਨਾ ਜੋ ਮਰਜ਼ੀ ਰਿਲੀਜਨ ਕਿਉਂ ਨਾ ਹੋਵੇ ਜੋ ਮਰਜ਼ੀ ਗੁਰੂ ਕਿਉਂ ਨਾ ਹੋਵੇ ਸਭ ਇੱਕੋ ਚੀਜ਼ ਹੀ ਦੱਸਦੇ ਨੇ ਅਗਰ ਤੁਸੀਂ ਐਕਸੈਪਟ ਕਰ ਸਕਦੇ ਹੋ ਹਰ ਚੀਜ਼ ਜਿਸ ਤਰ੍ਹਾਂ ਹੋ ਰਹੀ ਹੈ ਨਾ ਯੂ ਵਿਲ ਆਲਵੇਜ਼ ਬੀ ਹੈਪੀ ਤੁਹਾਡਾ ਸਟ੍ਰੈਸ ਘੱਟ ਰਹੇਗਾ ਹੈ ਨਾ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਦੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਸਦੇ ਹੁਕਮ ਦੀ ਰਜ਼ਾ ਵਿੱਚ ਚੱਲਣਾ ਉਹੀ ਤਾਂ ਔਖਾ ਹੈ
ਉਹ ਖਾਤੇ ਹੈ ਬਟ ਆਈ ਥਿੰਕ ਦ ਹੋਲ ਥਿੰਗ ਅਗਰ ਬਾਈ ਚਾਂਸ ਅਸੀਂ ਇੱਥੇ ਪਹੁੰਚ ਜਾਂਦੇ ਆ ਬਿਲਕੁਲ ਤੇ ਫਿਰ ਇੱਕ ਕੰਮ ਕਰਦੇ ਆ ਇਸ ਨੂੰ ਬ੍ਰੇਕਅਪ ਕਰਕੇ ਦੇਖਦੇ ਆ ਕਿ ਹਾਊ ਕੈਨ ਵੀ ਪੁੱਟ ਇਟ ਇਨ ਆ ਲਾਈਫ ਮੇਰਾ ਤਾਂ ਇਹੀ ਕੰਮ ਹੈ ਜੀ ਮੈਂ ਤਾਂ ਲਾਈਨ ਪਕੜਦਾ ਔਰ ਬੱਚਿਆਂ ਨੂੰ ਸਿਖਾਉਂਦਾ ਤੇ ਆਈ ਲੈਟਸ ਟ੍ਰਾਈ ਟੂ ਸੀ ਕਿ ਅਸੀਂ ਇਸ ਨੂੰ ਲਾਈਫ ਵਿੱਚ ਕਿਸ ਤਰ੍ਹਾਂ ਪਾ ਸਕਦੇ ਆ ਨੈਕਸਟ ਲਾਈਨ ਜਿਹੜੀ ਉਹਨਾਂ ਦੀ ਹੈਗੀ ਕਿ ਨਾਨਕ ਹੁਕਮੇ ਜੇ ਬੁਝੇ ਤਾਂ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਰਹੇ ਨਾ ਕੋਈ ਸੋ ਉਹ ਇਹਦਾ ਮਤਲਬ ਹੋਮੇ ਨਾਲ ਜੁੜ ਗਿਆ ਨਾ ਸਾਰਾ ਕੁਝ ਜਦ ਤੱਕ ਸਾਡੀ ਹੋਮੇ ਹੈ ਬਿਲਕੁਲ ਅਸੀਂ ਹੁਕਮ ਮੰਨਦੇ ਨਹੀਂ ਮੈਂ ਜੇ ਤੁਹਾਨੂੰ ਕਿਹਾ ਮੇਰੇ ਦਿਮਾਗ ਵਿੱਚ ਜੋ ਚੱਲ ਰਿਹਾ ਹੈ ਮੈਂ ਚਾਹੁੰਦਾ ਦੁਨੀਆ ਵੀ ਉਸ ਤਰ੍ਹਾਂ ਚੱਲੇ ਇਹ ਮੇਰਾ ਹੋਮੇ ਹੈ ਨਾ ਇਹ ਮੇਰਾ ਹੋਮੇ ਹੈ ਨਾ ਕਿ ਮੈਂ ਨਹੀਂ ਚੇਂਜ ਕਰਨਾ ਰੱਬ ਤੂੰ ਆ ਕੇ ਚੇਂਜ ਕਰ ਦੇ ਸਾਰਾ ਕੁਝ ਮੈਂ ਨਹੀਂ ਚੇਂਜ ਕਰਨਾ ਮੈਂ ਤਾਂ ਇਦਾਂ ਹੀ ਚਾਹੀਦਾ ਮੈਨੂੰ ਇਦਾਂ ਹੀ ਯੂ ਨੋ ਇਟਸ ਲਾਈਕ ਅ ਚਾਈਲਡ ਕ੍ਰਾਈਂਗ ਕਿ ਭਈ ਮੈਨੂੰ ਇਸ ਤਰ੍ਹਾਂ ਹੀ ਚਾਹੀਦਾ ਸਭ ਕੁਝ ਬਟ ਵੈਨ ਯੂ ਸੇ ਆਈ ਐਕਸੈਪਟ ਬਟ ਇੱਕ ਚੀਜ਼ ਯਾਦ ਰੱਖਣਾ ਇਸ ਵਿੱਚ ਦਿਸ ਇਜ਼ ਵੈਰੀ ਦਿਸ ਕੈਨ ਬੀ ਅ ਲਿਟਲ ਮਿਸਗਾਈਡਿੰਗ ਜਦ ਅਸੀਂ ਕਹਿੰਦੇ ਹਾਂ ਐਕਸੈਪਟੈਂਸ ਜਦ ਗੁਰੂ ਸਾਹਿਬ ਜਦ ਗੁਰੂ ਨਾਨਕ ਦੇਵ ਜੀ ਸਾਨੂੰ ਕਹਿੰਦੇ ਆ ਐਕਸੈਪਟੈਂਸ ਉਹ ਪੈਸਿਵ ਐਕਸੈਪਟੈਂਸ ਦੀ ਗੱਲ ਨਹੀਂ ਕਰਦੇ ਉਹ ਐਕਟਿਵ ਐਕਸੈਪਟੈਂਸ ਦੀ ਗੱਲ ਕਰਦੇ ਨੇ ਐਕਟਿਵ ਐਂਡ ਪੈਸਿਵ ਐਕਸੈਪਟੈਂਸ ਥੋੜਾ ਜਿਹਾ ਹੋਰ ਵਿਸਤਾਰ ਚ ਇੱਕ ਐਗਜ਼ਾਮਪਲ ਲੈ ਲੈਨੇ ਆ ਠੀਕ ਹੈ ਨਾ ਹੁਣ ਮੈਂ ਤਾਂ ਸੇਲਰ ਬੰਦਾ ਤੇ ਮੇਰੇ ਦਿਮਾਗ 'ਚ ਤਾਂ ਸੇਲਿੰਗ ਹੀ ਆਉਂਦੀ ਹੈ ਨਾ ਲੈਟ ਅਸ ਸੇ ਮੈਨੂੰ ਨਾ ਇੱਕ ਨਦੀ ਕ੍ਰੋਸ ਕਰਕੇ ਇੱਕ ਰਿਵਰ ਕ੍ਰੋਸ ਕਰਕੇ ਪੁਆਇੰਟ ਏ ਤੱਕ ਪਹੁੰਚਣਾ ਹੈ ਓਕੇ ਹੁਣ ਮੇਰਾ ਡਿਜ਼ਾਇਰ ਹੈ ਮੈਨੂੰ ਬੜੀ ਕ੍ਰੇਵਿੰਗ ਹੈ ਮੈਂ ਨਾ ਉਹ ਪੁਆਇੰਟ ਏ ਤੱਕ ਹੀ ਪਹੁੰਚਣਾ ਹੈ ਬਈ ਓਕੇ ਇਹ ਹੋ ਗਈ ਮੇਰੀ ਡਿਜ਼ਾਇਰ ਮੈਂ ਆਪਣੀ ਸੇਲ ਬੋਟ ਲਾਇਆ ਸੇਲ ਬੋਟ ਨੂੰ ਮੈਂ ਪਾਣੀ 'ਚ ਪਾ ਕੇ ਹੁਣ ਮੈਂ ਸੇਲ ਕਰਾਂਗਾ so that I can reach point A. ਇਹ ਹੋ ਗਈ ਮੇਰੀ ਡਿਜ਼ਾਇਰ ਹੈ ਨਾ ਬਟ ਇੱਕ ਸੇਲ ਬੋਟ 'ਚ ਕੀ ਹੁੰਦਾ ਹੈ ਇੰਜਨ ਨਹੀਂ ਹੁੰਦਾ ਕੋਈ ਅੱਛਾ ਸਾਰਾ ਕੁਝ ਸੇਲ ਦੇ ਹਿਸਾਬ ਨਾਲ ਚੱਲਦਾ ਹੈ ਰਾਈਟ ਔਰ ਅਗਰ ਸੇਲ ਦੇ ਹਿਸਾਬ ਨਾਲ ਚੱਲਦਾ ਹੈ ਉਹ ਤੁਹਾਡੀ ਹਵਾ ਕਿਸ ਤਰ੍ਹਾਂ ਚੱਲ ਰਹੀ ਹੈ ਤੁਹਾਡਾ ਪਾਣੀ ਦਾ ਕਰੰਟ ਕਿਸ ਤਰ੍ਹਾਂ ਹੈ ਉਸ ਦੇ ਹਿਸਾਬ ਨਾਲ ਹੀ ਤੁਸੀਂ ਆਪਣੀ ਸੇਲ ਬੋਟ ਨੂੰ ਚਲਾ ਸਕਦੇ ਹੋ ਤੇ ਜਿੱਥੇ ਪਾਣੀ ਹਵਾ ਲੈ ਜਾਏਗੀ ਉੱਥੇ ਚਲ ਜਾਾਂਗੇ ਅਸੀਂ ਜਾਣਾ ਕਿਤੇ ਹੋਰ ਹੋਏਗਾ ਨਹੀਂ ਯੂ ਵਿਲ ਹੈਵ ਟੂ ਯੂਜ਼ ਦੈਟ ਔਰ ਕੋਈ ਚੋਇਸ ਨਹੀਂ ਹੈ ਹਵਾ ਨੂੰ ਯੂਜ਼ ਕਰਨਾ ਪਏਗਾ ਹੈ ਨਾ ਤੇ ਮੈਂ ਭਈ ਆਪਣੀ ਸੇਲ ਬੋਟ ਲੈ ਕੇ ਆ ਗਿਆ ਮੈਨੂੰ ਏ ਪੁਆਇੰਟ ਜਾਣਾ ਮੈਂ ਤਾਂ ਤਦੇ ਖੁਸ਼ ਹੋਵਾਂਗਾ ਅਗਰ ਮੈਂ ਏ ਪਹੁੰਚ ਜਾਵਾਂ ਓਕੇ ਮੈਂ ਸੇਲ ਬੋਟ ਰੱਖੀ ਪਾਣੀ 'ਚ ਹਵਾ ਚੈੱਕ ਕੀਤੀ ਹਵਾ ਤੇ ਆਪਣੇ ਹੁਕਮ ਅਨੁਸਾਰ ਇਸ ਤਰਫ ਨੂੰ ਫਲੋ ਕਰ ਰਹੀ ਹੈ ਕਰੰਟ ਚੈੱਕ ਕੀਤਾ ਕਰੰਟ ਆਪਣੇ ਹੁਕਮ ਨਾਲ ਇਸ ਤਰਫ ਨੂੰ ਫਲੋ ਕਰ ਰਿਹਾ ਹੁਣ ਇਹ ਦੋ ਨਾਲ ਤੇ ਮੈਂ ਨਹੀਂ ਪਹੁੰਚ ਸਕਦਾ ਇਹ ਹੁਣ ਕੀ ਹੋਏਗਾ ਫਰਸਟ੍ਰੇਸ਼ਨ ਸਟ੍ਰੈਸ ਐਂਗਰ ਸੈਡਨੈਸ ਇਹ ਸਾਰਾ ਕੁਝ ਉੱਠੇਗਾ ਹੈ ਨਾ ਬਟ ਮੈਂ ਜਿੰਨਾ ਮਰਜ਼ੀ ਫਰਸਟ੍ਰੇਟ ਹੋ ਜਾਂ ਜਿੰਨਾ ਮਰਜ਼ੀ ਮੈਂ ਜ਼ੋਰ ਜ਼ੋਰ ਦਾ ਬੋਲਦਾ ਹਵਾ ਆਪਣਾ ਡਾਇਰੈਕਸ਼ਨ ਚੇਂਜ ਕਰੇਗੀ ਨਹੀਂ ਕਰੇਗੀ ਪਾਣੀ ਆਪਣਾ ਡਾਇਰੈਕਸ਼ਨ ਚੇਂਜ ਕਰੇਗਾ ਨਹੀਂ ਕਰੇਗਾ ਮੈਨੂੰ ਐਕਸੈਪਟ ਕਰਨਾ ਹੀ ਪਏਗਾ ਹੈ ਨਾ ਬਟ ਗੁਰੂ ਸਾਹਿਬ ਕਹਿੰਦੇ ਆ ਐਕਸੈਪਟੈਂਸ ਇਹ ਨਹੀਂ ਮਤਲਬ ਹੱਥ ਤੇ ਹੱਥ ਰੱਖ ਕੇ ਬਹਿ ਜਾਓ ਹੁਣ ਮੈਂ ਕੁਝ ਨਹੀਂ ਕਰ ਸਕਦਾ ਹੁਣ ਜਿੱਥੇ ਵੀ ਹਵਾ ਲੈ ਜਾਏਗੀ ਮੈਂ ਚਲਾ ਜਾ ਨੋ ਹੀ ਇਜ਼ ਨਾਟ ਸੇਇੰਗ ਦੈਟ ਗੁਰੂ ਸਾਹਿਬ ਕਹਿੰਦੇ ਪੌੜੀ 20 'ਚ ਆਪੇ ਬੀਜ ਆਪੇ ਹੀ ਖਾਏ ਜਿਸ ਤਰ੍ਹਾਂ ਤੁਸੀਂ ਬੀਜੋਗੇ ਜੋ ਤੁਸੀਂ ਕਰਮ ਕਰੋਗੇ ਨਾ ਉਸ ਤਰ੍ਹਾਂ ਦਾ ਆਊਟਕਮ ਮਿਲੇਗਾ ਤੁਸੀਂ ਹਵਾ ਨੂੰ ਤਾਂ ਚੇਂਜ ਨਹੀਂ ਕਰ ਸਕਦੇ ਤੁਸੀਂ ਪਾਣੀ ਦੇ ਕਰੰਟ ਨੂੰ ਤਾਂ ਚੇਂਜ ਨਹੀਂ ਕਰ ਸਕਦੇ ਬਟ ਇਸ ਸੇਲ ਨੂੰ ਕਿਸ ਤਰ੍ਹਾਂ ਐਡਜਸਟ ਕਰਦੇ ਹੋ ਇਹ ਤਾਂ ਤੁਹਾਡੇ ਹੱਥ 'ਚ ਹੈ ਨਾ ਇਹ ਤਾਂ ਤੁਹਾਡੇ ਹੱਥ 'ਚ ਤੁਹਾਡੇ ਕੋਲ ਹੀ ਹੈ ਨਾ ਹੁਕਮ ਅਨੁਸਾਰ ਹਵਾ ਤੇ ਚੱਲਦੀ ਰਹੇਗੀ ਹੁਕਮ ਅਨੁਸਾਰ ਪਾਣੀ ਚੱਲਦਾ ਰਹੇਗਾ ਬਟ ਤੁਸੀਂ ਜਿੰਨਾ ਸੇਲ ਨੂੰ ਐਡਜਸਟ ਕਰੋਗੇ ਜਿੰਨਾ ਮੈਂ ਐਡਜਸਟ ਕਰ ਸਕਦਾ ਟੂ ਮਾਈ 100% ਮੈਂ ਇਹ ਤੇ ਨਾ ਪਹੁੰਚ ਕੇ ਇਹਦੇ ਨੇੜੇ ਕਿੱਥੇ ਪਹੁੰਚ ਜਾਵਾਂਗਾ ਔਰ ਫਿਰ ਉਹ ਵੀ ਐਕਸੈਪਟ ਕਰ ਲਾਂਗਾ ਚਲ ਇਹ ਕੋਈ ਨਹੀਂ ਵੀ ਤੱਕ ਤੇ ਪਹੁੰਚ ਹੀ ਗਿਆ ਨਾ ਦਿਸ ਇਜ਼ ਵੇਅਰ ਐਕਸੈਪਟੈਂਸ ਬਿਕਮਸ ਐਕਟਿਵ ਅੱਛਾ ਇਸ ਦਾ ਮਤਲਬ ਲਾਈਫ ਵਿੱਚ ਅਗਰ ਉਹ ਬੰਦਾ ਮੇਰੇ ਨਾਲ ਗੰਦੇ ਤਰੀਕੇ ਨਾਲ ਗੱਲ ਕਰ ਗਿਆ ਜੋ ਮੇਰੇ ਮਾਈਂਡ ਨੂੰ ਮੈਚ ਨਹੀਂ ਕਰਦਾ ਉਹ ਆਪਣੇ ਹੁਕਮ ਅਨੁਸਾਰ ਕਰ ਰਿਹਾ ਪਹਿਲੇ ਤਾਂ ਉਸਨੂੰ ਐਕਸੈਪਟ ਕਰ ਲਓ ਉਸਨੂੰ ਐਕਸੈਪਟ ਕਰਕੇ ਸੈਡ ਹੋ ਕੇ ਬੈਠਣਾ ਨਹੀਂ ਹੈ ਹੁਣ ਤੁਸੀਂ ਦੇਖਣਾ ਕਿ ਮੈਂ ਆਪਣਾ 100% ਕਿਸ ਤਰ੍ਹਾਂ ਦੇ ਸਕਦਾ ਮੈਂ ਇਸ ਓਪਰਚੁਨਿਟੀ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦਾ ਮੇ ਬੀ ਦੈਟ ਪਰਸਨ ਇਜ਼ ਟਾਕਿੰਗ ਇਨ ਮਾਈ ਫੇਵਰ ਮੈਂ ਇਟਲੀ ਆਫਿਸ 'ਚ ਸੀਗਾ ਮੈਂ ਨਾ ਟ੍ਰੇਨਿੰਗ ਮੋਡਿਊਲਸ ਬਣਾ ਰਿਹਾ ਸੀ ਬੜੇ ਬਣਾਏ ਮੈਂ ਆਪਣੇ ਐਕਸਟਰਾ ਟਾਈਮ ਨੂੰ ਪਾ ਕੇ ਅਤੇ ਇੱਕ ਦਿਨ ਮੈਨੂੰ ਮੇਰੀ ਸਿਲਵੀਆ ਮੇਰੀ ਓਨਰ ਨੇ ਮੈਨੂੰ ਕਿਹਾ ਕਿ ਭਈ ਤੂੰ ਬਣਾਏ ਬੜੇ ਅੱਛੇ ਬਟ ਮੇਰੇ ਕੋਲ ਕੋਈ ਕੰਮ ਨਹੀਂ ਆਉਂਦੇ ਤੂੰ ਕੋਈ ਵੀ ਕਲੋਜ਼ ਨਹੀਂ ਕਰ ਰਿਹਾ ਆਈ ਫੈਲਟ ਵੈਰੀ ਸੈਡ ਮੈਂ ਚਲਾ ਗਿਆ ਬੜੇ ਗੁੱਸੇ 'ਚ ਕਿ ਭਈ ਇਹ ਐਂਡ ਦੈਨ ਵੈਨ ਆਈ ਥੋਟ ਇਨ ਦੀਸ ਟਰਮਸ ਮੈਨੂੰ ਲੱਗਿਆ ਗੱਲ ਤਾਂ ਉਸਦੀ ਠੀਕ ਹੈ ਮੈਂ ਅਗਰ ਟ੍ਰੇਨਿੰਗ ਮੋਡਿਊਲ ਬਣਾਉਂਦਾ ਜਾਵਾਂ ਕੋਈ ਵੀ ਕਲੋਜ਼ ਨਾ ਕਰਾਂ ਉਹ ਸ਼ਿਪ 'ਤੇ ਭੇਜ ਹੀ ਨਾ ਪਾਏ ਕੋਈ ਯੂਜ਼ ਹੀ ਨਾ ਕਰ ਪਾਏ ਹੁਣ ਟ੍ਰੇਨਿੰਗ ਮੋਡਿਊਲ ਤਾਂ ਕੋਈ ਫਾਇਦਾ ਤਾਂ ਹੈ ਨਹੀਂ ਸੋ ਯੂ ਸੀ ਵਾਟ ਸ਼ੀ ਸੈਡ ਇਹ ਮੈਂ ਹੈਪੀਲੀ ਐਕਸੈਪਟ ਕੀਤਾ ਹੈਪੀਲੀ ਐਕਸੈਪਟ ਕਰਕੇ ਮੈਂ ਉਸ 'ਤੇ ਐਕਟਿਵ ਐਕਸ਼ਨ ਲਿੱਤਾ
But then, yeah, right. Yes. You have to act on that. Hmm. Act to the best. So, pehle say thank you to mainu eh ditta. Hun, you see, how should I best act on it? And then, jo bhi result nikalda hai, usnu happily tusi accept kar lo. This is acceptance. Acceptance doesn't mean, hun main kuch nahi kar sakta, jaise teri marzi, ode hukam. No. Right. Hukam anusar aaya hai, hun main dekhna hai, main ki karna hai. Passive acceptance ਅਸੀਂ ਬੜੀ ਵਾਰੀ ਆਪਣੇ ਕਰਮਾਂ ਨੂੰ ਆਪਣੀ ਕੀ ਕਹਿੰਦੇ ਉਹਨੂੰ ਨਾ ਕਿ ਮੇਰੀ ਲੱਕੀ ਹੋ ਜੀ ਹੈ ਹਾਂ ਬਿਲਕੁਲ ਮੈਂ ਤਾਂ ਅਨਲੱਕੀ ਆ ਬੜਾ ਮੇਰੇ ਨਾਲ ਇਹੀ ਹੋ ਰਿਹਾ ਇੰਜ ਹੀ ਹੁੰਦਾ ਮੇਰੇ ਨਾਲ ਤੁਸੀਂ ਪਿੱਛੇ ਕੁਝ ਕੀਤਾ ਹੋਣਾ ਜਿਸ ਦਾ ਤੁਹਾਨੂੰ ਹੁਣ ਰਿਜ਼ਲਟ ਮਿਲ ਰਿਹਾ ਤੁਹਾਡੇ ਹੱਥ 'ਚ ਹੈ ਨਹੀਂ ਹੈ ਬਟ ਨਹੀਂ ਹੁਣ ਕੀ ਕਰਨਾ ਹੈ ਇਹ ਤੇ ਤੁਹਾਡੇ ਹੱਥ 'ਚ ਹੈ ਨਾ ਤੁਸੀਂ ਕੀ ਬੋਣਾ ਹੈ ਤਾਂ ਕੀ ਨਿਕਲੇ ਤੁਸੀਂ ਅਗਰ ਪੁਆਇੰਟ ਐਪਲ ਦਾ ਸੀਡ ਪਾਓਗੇ ਬਨਾਨਾ ਦਾ ਟ੍ਰੀ ਤਾਂ ਨਹੀਂ ਉੱਗ ਸਕਦਾ ਉੱਗਣਾ ਤੇ ਐਪਲ ਦਾ ਟ੍ਰੀ ਹੈ ਹੈ ਨਾ ਤੇ ਦਿਸ ਇਜ਼ ਐਕਟਿਵ ਐਕਸੈਪਟੈਂਸ ਠੀਕ ਹੈ ਨਾ ਹੁਣ ਇਸ ਐਕਟਿਵ ਐਕਸੈਪਟੈਂਸ ਨੂੰ ਤੁਸੀਂ ਕਰਮਾਜ਼ ਕਹਿ ਲਓ ਜੋ ਮਰਜ਼ੀ ਕਹਿ ਲਓ ਹੈ ਨਾ ਇਟ ਇਜ਼ ਵੈਰੀ ਇੰਟਰਸਟਿੰਗ ਸਾਰੇ ਰਿਲੀਜਨਸ ਕਿੰਨੇ ਰਿਲੀਜਨਸ ਨੇ ਸਾਡੇ ਹੈ ਨਾ ਕਈ ਰਿਲੀਜਨ ਕਹਿੰਦੇ ਦੇਰ ਆਰ ਮੈਨੀ ਗੋਡਸ ਕਈ ਰਿਲੀਜਨ ਕਹਿੰਦੇ ਦੇਰ ਇਜ਼ ਵਨ ਗੋਡ ਇਸ ਤਰ੍ਹਾਂ ਦੇ ਵੀ ਰਿਲੀਜਨ ਨੇ ਜੋ ਕਹਿੰਦੇ ਦੇਰ ਇਜ਼ ਨੋ ਗੋਡ ਹੈ ਨਾ ਕਈ ਤਾਂ ਸੋਲ ਨੂੰ ਵੀ ਨਹੀਂ ਮੰਨਦੇ ਬਟ ਇੱਕ ਚੀਜ਼ ਨੂੰ ਸਾਰੇ ਹੀ ਮੰਨਦੇ ਨੇ ਦ ਲਾਜ਼ ਆਫ ਕਰਮਾ ਇਹ ਤਾਂ ਕੋਈ ਇਸ ਤਰ੍ਹਾਂ ਦਾ ਰਿਲੀਜਨ ਹੀ ਨਹੀਂ ਹੈ ਜੋ ਇਹ ਨਹੀਂ ਮੰਨਦਾ ਕਿ ਦੇਰ ਇਜ਼ ਅ ਲਾਅ ਆਫ ਕਰਮਾ ਦ ਕਨਸੀਕਵੈਂਸਸ ਆਰ ਬਿਲਕੁਲ ਅਸੀਂ ਜੋ ਵੀ ਕਰਦੇ ਹਾਂ ਉਸ ਦਾ ਇੱਕ ਕਨਸੀਕਵੈਂਸ ਆਉਂਦਾ ਹੈ ਚਾਹੇ ਉਹ ਰੱਬ ਕਰਾਂਦਾ ਹੈ ਚਾਹੇ ਉਹ ਕੌਜ਼ ਇਫੈਕਟ ਕਹਿ ਲਓ ਗੁੱਡ ਡੀਡਸ ਬੈਡ ਡੀਡਸ ਕਹਿ ਲਓ ਜਿਸ ਤਰ੍ਹਾਂ ਕ੍ਰਿਸਚੀਅਨ ਸੋਚਦੇ ਨੇ ਇਫ ਵੀ ਡੂ ਗੁੱਡ ਡੀਡਸ ਅਸੀਂ ਹੈਵਨ ਜਾਵਾਂਗੇ Even scientists can't deny this, they cannot deny you know, this equation ke jo yes. like tusi kuch jo kar rahe ho da consequence hoega. Consequence hoega. Let's take a short break and come back. You don't go anywhere. Welcome back. Saryan da fir swagat hai. Thank you so much, Jasjeet, for being here. Thank I you, mean, Ji. I am just loving this conversation and I'm hoping that all the viewers, you know, sare jithe jithe baithe ne, dekh rahe ne, you know, participate karde ne, involve hunde ne. Thank you to all of you ki tusi ye conversation sun rahe ho and very important ki tusi unu, you know, apply karo. Apply karo, ji. Because yeah. without applying, koi fayda nahi hai. I know. So, asi gal kar rahe sige. ਤੇ ਅਸੀਂ ਗੱਲ ਕਰ ਰਹੇ ਸੀ ਅਸੀਂ ਜਿਸ ਤਰ੍ਹਾਂ ਸੇਲ ਬੋਟ ਦਾ ਐਗਜ਼ਾਮਪਲ ਲਿੱਤਾ ਜੀ ਜੀ ਵਿੰਡ ਨੂੰ ਅਸੀਂ ਨਹੀਂ ਬਦਲ ਸਕਦੇ ਪਾਣੀ ਨੂੰ ਅਸੀਂ ਨਹੀਂ ਬਦਲ ਸਕਦੇ ਵੀ ਕੈਨ ਐਕਸੈਪਟ ਜੋ ਸਾਡੇ ਕੋਲ ਆਉਂਦਾ ਹੈ ਬਟ ਕਿਸ ਤਰ੍ਹਾਂ ਅਸੀਂ ਸੇਲਸ ਨੂੰ ਐਡਜਸਟ ਕਰਦੇ ਹਾਂ ਉਹ ਸਾਡੇ ਹੱਥ 'ਚ ਹੈ ਔਰ ਜਿਸ ਤਰ੍ਹਾਂ ਵੀ ਅਸੀਂ ਸੇਲਸ ਨੂੰ ਐਡਜਸਟ ਕਰਾਂਗੇ ਨਾ ਉਸੇ ਤਰ੍ਹਾਂ ਦਾ ਸਾਨੂੰ ਰਿਜ਼ਲਟ ਮਿਲੇਗਾ ਕਰਮੀ ਆਵੇ ਕੱਪੜਾ ਜਿਸ ਤਰ੍ਹਾਂ ਦੇ ਕਰਮ ਹੋਣਗੇ ਨਾ ਉਸੇ ਤਰ੍ਹਾਂ ਦਾ ਆਊਟਕਮ ਸਾਨੂੰ ਮਿਲੇਗਾ ਚਾਹੇ ਜਿਸ ਮਰਜ਼ੀ ਰਿਲੀਜੀਅਨ ਚਾਹੇ ਜਿਸ ਮਰਜ਼ੀ ਤਰੀਕੇ ਤੋਂ ਬਿਲਕੁਲ ਬਿਲਕੁਲ ਹੈ ਨਾ ਹੁਣ ਇਹ ਬੜਾ ਹੀ ਇਫੈਕਟਿਵ ਸਿਸਟਮ ਰਹਿੰਦਾ ਹੈ ਫੋਰ ਸਟ੍ਰੈਸ ਮੈਨੇਜਮੈਂਟ ਅੱਛਾ ਕਿਸ ਤਰ੍ਹਾਂ ਰਹਿੰਦਾ ਹੈ ਅਗਰ ਐਕਸੈਪਟੈਂਸ ਸਿੱਖ ਲਓ ਆਪੇ ਤੁਹਾਡਾ ਸਟ੍ਰੈਸ ਲੈਵਲ ਗਿਰ ਜਾਂਦਾ ਹੈ ਅਗਰ ਕਰਮਾਜ਼ ਨੂੰ ਵੀ ਧਿਆਨ ਰੱਖੋ ਹੈ ਨਾ ਕਰਮਾਜ਼ ਦੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਯਾਰ ਜੀ ਇਹ ਤਾਂ ਮੈਨੂੰ ਲੱਗਦਾ ਹੈ ਸਾਰਿਆਂ ਨੇ ਦੇਖੀ ਹੋਣੀ ਹੈ ਨਾ ਸਾਰੇ ਜਾਣਦੇ ਨੇ ਸਾਰਿਆਂ ਕੋਲ ਢੇਰ ਸਾਰੀ ਹੋ ਗਈ ਤੁਹਾਡੇ ਕੋਲ ਵੀ ਹੋਣੀ ਹੈ ਵੱਡੀ ਜੀ ਹੈ ਨਾ ਇਹ ਹੈ ਪਾਸਬੁੱਕ ਬੈਂਕ ਦੀ ਪਾਸਬੁੱਕ ਹੈ ਓਕੇ ਇਸ ਵਿੱਚ ਸਾਡਾ ਰਿਕਾਰਡ ਰਹਿੰਦਾ ਹੈ ਭਾਈ ਮੇਰੇ ਕੋਲ ਕਿੰਨਾ ਪੈਸਾ ਹੈ ਕਿੰਨੀ ਐਫ ਡੀਜ਼ ਹੈ ਇਸ ਤੋਂ ਅੱਗੇ ਕਿੰਨੇ ਮੇਰੇ ਕੋਲ ਕੀ ਕਹਿੰਦੇ ਆਪਣਾ ਪ੍ਰੋਪਰਟੀਜ਼ ਹੈ ਕਿੰਨਾ ਮੇਰਾ ਮਟੀਰੀਅਲਿਸਟਿਕ ਗਰੋਥ ਹੈ ਸਾਰੀ ਦੁਨੀਆ ਇਸ ਚੈੱਕ ਬੁੱਕ ਨੂੰ ਵਧਾਉਣ 'ਚ ਲੱਗੀ ਹੋਈ ਹੈ ਓਕੇ ਸਾਰੇ ਚਾਹੁੰਦੇ ਕਿ ਭਾਈ ਮੇਰੇ ਨਾ ਉਹ ਐਂਟਰੀਜ਼ ਹੁੰਦੀ ਜਾਏ ਅਤੇ ਇਹ ਵੱਧਦਾ ਜਾਏ ਰਾਈਟ ਨੂੰ ਓਕੇ ਬਟ ਇੱਕ ਪਾਸਬੁੱਕ ਔਰ ਹੈ ਜਿਸ ਦਾ ਅਸੀਂ ਬੋਦਰ ਹੀ ਨਹੀਂ ਕਰਦੇ ਉਹ ਹੈ ਸਾਡੀ ਪਾਸਬੁੱਕ ਆਫ ਕਰਮਾਸ ਉਹ ਪਾਸਬੁੱਕ ਇਸ ਪਾਸਬੁੱਕ ਤੋਂ ਵੀ ਜ਼ਿਆਦੀ ਇੰਪੋਰਟੈਂਟ ਹੈ ਉਹ ਬਈ ਖਾਤਾ ਦੇ ਵਿੱਚ ਕੀ ਲਿਖ ਰਿਹਾ ਹੈ ਉਹ ਵੀ ਉਹ ਬਟ ਅਸੀਂ ਉਹ ਭੁੱਲ ਜਾਂਦੇ ਆ ਉਹ ਸਾਨੂੰ ਯਾਦ ਹੀ ਨਹੀਂ ਰਹਿੰਦੀ ਮੈਕਸਿਮਮ ਸਟ੍ਰੈਸ ਫਾਈਟਿੰਗ ਤੁਸੀਂ ਉਸ ਪਾਸਬੁੱਕ ਨੂੰ ਪਕੜ ਕੇ ਕਰ ਸਕਦੇ ਹੋ ਅਗਰ ਉਹ ਪਾਸਬੁੱਕ ਤੁਹਾਡੇ ਯੂ ਨੋ ਕੌਂਸ਼ੀਅਸਨੈਸ ਵਿੱਚ ਰਹੇ ਅਵੇਅਰਨੈਸ ਵਿੱਚ ਰਹੇ ਨਾ ਤੁਸੀਂ ਗਲਤ ਕਰੋਗੇ ਹੀ ਨਹੀਂ ਕੰਮ ਹੈ ਨਾ ਹੁਣ ਸੋਚੋ ਮੈਂ ਇਸ ਬੋਟ ਵਿੱਚ ਸੀਗਾ ਮੈਂ ਇਹ ਪਹੁੰਚਣਾ ਸੀ ਸੈਲਫਿਸ਼ਲੀ ਬਟ ਵਿੰਡ ਉਹ ਤੇ ਮੈਚ ਨਹੀਂ ਕਰ ਰਿਹਾ ਨਾਲ ਦੋ ਲੋਕ ਖੜੇ ਨੇ ਕਹਿੰਦੇ ਸਾਨੂੰ ਵੀ ਲੈ ਜਾਓ ਹੁਣ ਅਗਰ ਮੇਰਾ ਮਾਈਂਡ ਸੋਚਦਾ ਹੈ ਵੇਟ ਬੜ ਗਿਆ ਨਾ ਬੋਟ ਦਾ ਮੈਂ ਹੋਰ ਦੂਰ ਪਹੁੰਚਣਾ ਨਾਓ ਦ ਚੋਇਸ ਇਜ਼ ਆਲਵੇਜ਼ ਮਾਈਨ ਮੈਂ ਦੂਜਿਆਂ ਨੂੰ ਨਾਲ ਲਿਜਾਣਾ ਚਾਹੁੰਦਾ ਕਿ ਮੈਂ ਆਪਣਾ ਡਿਜ਼ਾਇਰ ਪੂਰਾ ਕਰਨਾ ਚਾਹੁੰਦਾ ਅੱਜ ਦੀ ਡੇਟ ਵਿੱਚ ਬੰਦਾ ਕਹੇਗਾ ਆਪਣਾ ਕਰੋ ਬਾਕੀਆਂ ਨੂੰ ਛੱਡੋ ਕੀ ਕਰਨਾ ਬਈ ਅਸੀਂ ਤੇ ਪਹੁੰਚੀਏ ਉੱਥੇ ਪਹੁੰਚ ਕੇ ਇਕੱਲਾ ਕਰੇਗਾ ਕਰੇਗਾ ਇਟਸ ਅ ਫੈਕਟ
But again, I mean, if true. You don't have people with you and Bilkul. You don't enjoy that journey, then fir oh dor kari. But agar us time te mainu yaad aa jaye ek passbook aur hai mere kol, yaar usi chi entry karwa lena do tin, automatically mere karmas theek hone jaange. Automatically my stress level will keep dropping. Automatically I will walk on the right path. Yeah, to make an effort and make a habit, exactly. effort karni pegi and maza te ta aayega jadon oh automatic toda. And these are the tools which I am telling you. See, because pehle mind nal drive hona hai. Use these tools. Right. Hai na? Yaad hai aise do keys use kiti si aur. Ji ji. Ek sigi from I to V, matlab selfless service. Right. Aur ek sigi forgiveness. Karmas di book apni paran lai. Is no better keys koi nahi. Forgiveness. And selfless service. जब तुसी अपने तो हट के दूजियां दा सोचोगे ना, you will find materialistic world विच ते तुहाडा फायदा होएगा ही. नाल ही नाल तुहाडे कर्मां दी डायरी विच एंट्रियां वधदी जाणगियां. जब तुसी forgiveness अपना नेचर बना लोगे ना, चल माफ कीता कोई नहीं. What will happen? एक तो तुसी forgive करके अपने कर्मां ठीक कर ले, वो एक एंट्री भी हो गई. दूजा, जद भी मैं उसनू देखदा ना, मेरा खून खौल जाता है ना. अब जितनी बारी मेरा खून खौलता है उसनों कोई फर्क पै रहा, उसनों कोई फर्क नहीं पै रहा. जब भी मैं उसनों देखता मेरा खून खौलता है, इतों केमिकल एंगर दे शुरू हो जाते ने. दिस सिटी फ्रॉम सिटी ऑफ जॉय बिकम्स अ सिटी ऑफ सोरो. मेरी बॉडी सफर करना शुरू कर देती है. आई एम द ओनली वन हु इज लूजिंग. And that's a cycle. It's hard to फिर break. एक बार यू होएगा, yeah. फिर मैं गुस्सा किसी गलत तरीके नाल कढ़ांगा, फिर ओ उसनू बुरा लगेगा, फिर ओ कुछ कहेगा, and then we are caught in that rigmarole. You see? So मेरे हिसाब नाल, if you really want to do well in life, तीन चीज़ां याद रखो. सानू चाहिदा है good health. Okay. सानू चाहिदा है happiness. और सानू चाहिदा है good karmas. ताकि सारा अगे का भी सैट हो जाए, या मतलब यार मोर है ना. ये तीन अगर तुसी अपने बेसिक टूल बना लो ना, तो so पहला जो तुसी दस रहे हो ना हेल्थ, वो तो वी हैव टू अंडरस्टैंड कि स्ट्रेस डेफिनेटली साड़ी हेल्थ थले लेके जाता है. जब तुहानू सिटी ऑफ जॉय चाहिए कि तुहानू सिटी ऑफ सोरो चाहिए, इन्ना ही पूछना है तुसी अपने आप नू. भाई वो बाहर वाला जरूरी है कि ये सिटी जरूरी है मेरे वास्ते. Yeah, and it instantly I think Harbans da ke switch the song. Switch the song. Yeah, that is the right way. What you're not liking, just switch it. Bilkul. But the present moment ki honda hai. Is tarah dekho, hun main ta ship hi banda. Ship te main bada travel kita hai. Ek ta tusi ship te khade ho and tuhanu agge ek whirlpool dikhai de reha. Okay. Vadda jiha whirlpool. Right. You can see the whirlpool. Dooji condition. Imagine if you are in the center of the whirlpool. सोचो तुहाडे नाल की हो रहा है. वर्लपूल नू देखना और वर्लपूल दे विच होना बड़ा ही डिफरेंट है. जब एक नेगेटिव थॉट आंदी है ना दिमाग पे, जिस तरह हरबंस जी ने कहा सानू, अगर तुसी जुड़ गए उहदे नाल, ओ थॉट अपने आसपास ए वर्लपूल बनांदी है एंड यू आल्सो नो इट. विद इन अ फ्यू मिनट्स यू आर इन द मिडल ऑफ इट. बट अगर उस टाइम ते तुसी प्रेजेंट मोमेंट विच रह के तुसी अपने आप नू ए दस के भाई मेरी बॉडी मेरे वास्ते ज्यादा जरूरी है, मैनू ए सारे चक्कर नहीं चाहिए. नहीं तो लास्ट टाइम असी कुछ टूल्स भी कीते सी, नहीं माइंड ना हो रहा, कन दबा के फिंगर टिप्स का मसाज करके. इफ यू कैन पुल योर सेल्फ आउट ऑफ दैट थॉट, तुसी दूर खड़े होके उसनू देखोगे, फसोगे नहीं. वो इन्ना भावी होएगा ही नहीं तुहाडे उत्ते. यू विल बी एबल टू गेट अवे एंड शिफ्ट टू अ न्यू थॉट. बट अगर तुसी दो तीन मिनट वास्ते भी अंदर रह गए ना, फिर निकलना बड़ा मुश्किल है. है ना? सो मतलब टाइमली फैशन चोर, आई थिंक ओ वी थोड़ा प्रैक्टिस ना लिया. प्रैक्टिस ना. इट्स लाइक अ स्किल देन. विदाउट प्रैक्टिस कुछ भी नहीं होता. एफर्टफुली तुसी अपने आप नू चेक कर दे हो, वॉच कर दे हो एंड यू ब्रिंग योरसेल्फ आउट. बट देन इट बिकम्स योर सेकंड नेचर. पहले इट हैज टू बी जस्ट बाय द थॉट, देन इमोशन जुड़ के, बिकॉज यू फील हैप्पी. हाई मैं कर लिया इस बारी, आज मैं तीन बारी कर लिया. You know, there's an emotion and then karde it becomes a habit. Fir autopilot which you see isi tarah respond karde ho, jis tarah mainu lagda Harbans ji karde ne, wo automatically karde ne. Right, bilkul. But another thing is Jasjeet ki tusi pehle thodi der lagdi hai thonu utthe realize karan nu ki I am in this. Yes. But then fir jaldi pehchanan cha janda hai.
दैट्स द होल डिफरेंस के तुसी यू नो यू फील दिस इज इट। और अगर तुहानू लग रहा है मैं फस गया और मैं माइंड नाल नहीं निकल पा रहा, टूल्स यूज करो, तुसी सीधा ही अपने आप नू ईयर ते ले आओ, आईज क्लोज करो, ईयर्स दा मसाज करो, फिंगर्स दा मसाज करो, बोलो भाई ये बॉडी मेरे वास्ते ज्यादा जरूरी है। ये वर्लपूल ते आंदे जांदे रहंदे ने, पहले सीगा, पहले जब ओपन सी सी वर्लपूल सी नहीं सी, आया ते चला गया, ये ते आंदी जांदी चीज है। पर तुहाडा गोडा ते तुहाडे नाल रहना है, इसदा ते ख्याल रखो, है ना। सो व्हेन यू कैन शिफ्ट योर फोकस, दीज आर टूल्स, राइट, दीज आर टूल्स कि तुहानू इनिशियली काट दे, फिर तुहाडी प्रैक्टिस ते। पर ऑल सेड एंड डन रजीत, दैट मींस के ए नहीं के वी स्टार्ट लिविंग विद स्ट्रेस, ओ ना तो स्ट्रेस दे नाल रहना है, ना ही सोचना है कि भाई मैं स्ट्रेस नहीं ले सकता, ते पैसिव एक्सेप्टेंस कि यही है मेरे लिए, वो भी नहीं, यू नो दैट इज लाइक अ वेरी डिफरेंट एटीट्यूड, ओ दैट्स नॉट गोइंग टू बी हेल्पफुल, इट विल नॉट हेल्प इन एनी वे, ना तुहाडे तो कम होएगा कोई पॉजिटिव, ना तुहाडी हेल्थ इंप्रूव करेगी, nothing will it's come out it's an unfair of that. life that is i would Bilkul. say kyunki inni sona khoobsurat you know Bohut life sundar. mili hai ode vaste sanu and that is where our last exactly. key comes in gratitude di eh ta sanu dikhda hai ki sanu ki nahi milya but assi kade sochde ha sanu ki ki milya hoya gode da tusi chinta kar rahe ho goda te ditta na rab ne there are people who don't have a leg है ना जे तुहानू हुण जिस जिस असी गैस गल कर रहे सी सेल बोट दी है ना मैनू जाना ए सीगा हवा इस तरह चल रही है पानी उस तरह चल रहा है रब दी कृपा है बोट तां दित्ती बोट चलानी तां सिखाई सो ग्रैटिट्यूड है ना इज लाइक ओ जिवें असी पहले भी गल करदे हां कि ग्रैटिट्यूड इज द मोस्ट इंपोर्टेंट एवरीथिंग या है ना जदों नहीं हो रहा होए ना बेस्ट इज जस्ट पेपर पेंसिल लेके एवरी डे 3 रीजंस व्हाई यू आर ग्रेटफुल बिल्कुल दो दिन वास्ते ना करो उसका कोई फायदा नहीं होगा जो भी चीज करनी है ना ट्राई टू कन्वर्ट इट टू अ सिंपल हैबिट किन्ने बजे करनी है किथे करनी है किस तरह करनी है शुड बी वेरी क्लियर एंड वेरी इजी टू यू फिर हो जाएगा सो स्ट्रेस दूर हो जाएगा लगता है जिवें जस जीत नाल गल्लां हुई हैं एटलीस्ट दूर हो जाएगा नहीं मैं आई वुड रादर पुट इट लाइक दैट कि स्ट्रेस नो सी नॉर्मलाइज करना बंद करिए हां नॉर्मलाइज नहीं करना है बंद करिए उस चीज नो एंड वी डू समथिंग अबाउट इट यस बहुत बहुत अच्छा लगा जस जीत थॉट नाल गल करके इट वाज रियली अमेजिंग सो एंड थैंक यू सो मच ऑल ऑफ यू फॉर जॉइनिंग अस एज ऑलवेज ਹੁਣ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ